ਉੱਥੇ ਆਰਾਮ ਨਾਲ ਬੈਠਾ ਉੱਠ ਕੇ ਕੜਾਈ ਚ ਪਾਣੀ ਪਾ ਧਾਰ ਟੁੱਟਦੀ ਆ ਲੈ ਓ ਮੱਲਾ ਲੈ ਤੂੰ ਅੱਗ ਮਚਾ ਦੇ ਥੱਲੇ ਓ ਖਿਆਲ ਨਾ ਖਿਆਲ ਨਾ ਓਏ ਪਾਲਾ ਭੋਰਾ ਪਹਿਲੇ ਤੋੜਦੀ ਉਹ ਸਵਾਦ ਹੀ ਦੇਖ ਲਈਏ ਇਹਦਾ ਵੀ ਓ ਲੈ ਯਾਰ ਤੈਨੂੰ ਪੀਣ ਦੀ ਪਈ ਰਹਿੰਦੀ ਹੈ ਹੈਂ ਲੈ ਫਿਰ ਪੀ ਕੇ ਦੱਸ ਕਿੱਦਾਂ ਦੀ ਨਿਕਲੀ ਹੈ ਓ ਸੌਰੀ ਦਾ ਰਾਮੂ ਵੀ ਨਹੀਂ ਆਇਆ ਮੁਰਗਾ ਲੈ ਕੇ ਓਏ ਪੀਲਾ ਭੋਰਾ ਤੇ ਜਗਿੰਦਰ ਬਾਈ ਨੂੰ ਵੀ ਪਿਆ ਬਣਾਉਣੇ ਆ ਬੰਦੇ ਦੇ ਪੋਤੇ ਇਹਨਾਂ ਨੂੰ ਜੰਟਾ ਕਿਉਂ ਚੱਕੂ ਤੈਨੂੰ ਚੱਕਾਂਗੇ ਅਸੀਂ ਹਾਂਜੀ ਹਾਂਜੀ ਲੱਭੂ ਰਾਮਾ ਇਹ ਮੈਂ ਕੀ ਦੇਖ ਰਿਹਾ ਜਨਾਬ ਬੰਦਾ ਗਾਂਧੀ ਜੀ ਦਾ ਵਾਸਤਾ ਦੇ ਰਿਹਾ ਗਾਂਧੀ ਜੀ ਅੱਗੇ ਤਾਂ ਅੰਗਰੇਜ਼ ਨਹੀਂ ਕੁਸਕੇ ਉਹ ਫੇਰ ਆਪਾਂ ਕਿਸ ਬਾਗ ਦੀ ਮੁੜੀ ਆ ਵੈਸੇ ਜਨਾਬ ਫੜਿਆ ਇਹਨੂੰ ਆਪਾਂ ਰੰਗੇ ਹੱਥੀ ਹੈ ਹਲੇ ਫੜਿਆ ਕਿੱਥੇ ਹੈ ਜਨਾਬ ਹਲੇ ਤਾਂ ਫੜਨਾ ਨਾਲੇ ਗਾਂਧੀ ਜੀ ਨੇ ਤਾਂ ਸਾਡੀ ਸੁਲਹ ਸਫਾਈ ਕਰਾਤੀ ਤੁਸੀਂ ਕਿਸੇ ਹੋਰ ਨੂੰ ਵੀ ਫੜ ਸਕਦੇ ਹੋ ਚੱਲ ਉੱਠ ਫਿਰ ਭੱਜ ਚੱਲ ਭੱਜ ਕੋਈ ਕਿਸੇ ਨੂੰ ਤਰਸਦਾ ਤੇ ਕੋਈ ਕਾਸੇ ਨੂੰ ਤਰਸਦਾ ਤੇ ਅਮਲੀ ਸਾਰੀ ਉਮਰ ਮਰੋੜਿਆਂ ਨੂੰ ਤਰਸਦਾ ਮਰ ਜਾਂਦਾ ਪਤੰਦਰ ਚਲੋ ਥਣੇ ਸ਼ੀਸ਼ਾ ਤਿੜਕਿਆ ਤੇ ਗਿਆ ਅਮਲੀ ਝੜਕਿਆ ਤੇ ਗਿਆ ਓਏ ਕਿਹਨੂੰ ਫੜ ਲਿਆ ਪਤੰਦਰੋ ਉਹ ਤੈਨੂੰ ਦਾਰੂ ਕੱਢਦੇ ਨੂੰ ਰੰਗੇ ਹੱਥੀ ਅੱਛਾ ਇਹਨੂੰ ਦਾਰੂ ਕੱਢਣਾ ਕਹਿੰਦੇ ਆ ਮੈਂ ਤਾਂ ਘੰਟੇ ਦਾ ਕੁਝ ਹੋਰ ਕੱਢਣ ਨੂੰ ਮਿਲ ਹੀ ਜਾਂਦਾ ਸੀ ਤੂੰ ਥਾਣੇ ਤਾਂ ਚੱਲ ਵੇਖ ਅਸੀਂ ਤੇਰਾ ਕੀ ਕੀ ਕੱਢਦੇ ਆ ਪਹਿਲਾਂ ਮੋਟਰ ਤੇ ਬਹਿ ਕੇ ਦਾਰੂ ਕੱਢਦੇ ਹੋ ਤੇ ਜਦੋਂ ਫੜ ਲਈਏ ਫਿਰ ਝੂਠੀ ਮੂਠੀ ਦੇ ਬਹਾਨੇ ਕੱਢਦੇ ਹੋ ਬਹਾਨੇ ਓਏ ਮੋਤੀਆਂ ਵਾਲਿਓ ਅਸੀਂ ਤਾਂ ਢੋਲੇ ਦੀਆਂ ਲਾਉਣੇ ਆ ਮਹੀਨੇ ਮੱਸਿਆ ਨਹਾਉਣੇ ਆ ਨਾਲੇ ਉਹ ਤਾਂ ਮੱਗਰ ਸਿਉਂ ਕੀ ਮੋਟਰ ਆ ਮੈਂ ਉੱਥੇ ਬਣੇਵੇਂ ਲੈਣ ਜਾਣਾ ਸੀ ਤੂੰ ਥਾਣੇ ਤਾਂ ਚੱਲ ਬਣੇਵੇਂ ਤਾਂ ਤੈਨੂੰ ਉੱਥੇ ਚਕਾਉਣੇ ਆ ਓਏ ਕੰਮ ਕਰੋ ਮੈਂ ਥਾਣੇ ਵਾਲਿਆਂ ਦੀ ਮਕਾਨ ਨਹੀਂ ਜਾਂਦਾ ਤੇਰੇ ਜਾ ਕੇ ਜਦੋਂ ਫੇਰੇ ਨਾ ਘੋਟਲਾ ਥਾਣੇ 'ਚ ਮਕਾਨ ਤਾਂ ਤੇਰੀ ਉੱਥੇ ਪਹੁੰਚੂ ਇੱਕ ਮਿੰਟ ਗੌਰਮੈਂਟ ਜੀ ਉਹ ਵੇਖੋ ਸਾਹਮਣੇ ਮੱਗਰ ਕਾ ਪਈਆ ਉਹ ਵੇਖੋ ਸਾਈਕਲ ਤੇ ਆ ਰਿਹਾ ਭਾਵੇਂ ਉਹਨੂੰ ਪੁੱਛ ਲੈ ਕਿਹੜਾ ਦੂਜਾ ਕੰਮ ਬੋਤਲਾਂ ਦੀ ਦਾਤ ਪਾਟਨੀ ਮੁਜਰਮਾਂ ਦਾ ਇੱਕ ਹੋਰ ਸਾਥੀ ਹੋ ਤੀਜਾ ਕੰਮ ਲੈਣੀ ਆ ਆਪਾਂ ਮੁੱਲ ਦਾ ਲੜਾਈ ਕੋਈ ਆਣ ਕੇ ਮਾਈ ਜਨਾਬ ਤੁਸੀਂ ਹੱਥ ਕਰੀ ਕਾਹਨੂੰ ਕਿਹਾ ਹੈਗਾ ਸੀ ਮੈਂ ਕਦੀ ਹੱਥ ਸਾਜ ਕੇ ਸਾਈਕਲ ਨਹੀਂ ਚਲਾਈ ਹੈਗਾ ਤੂੰ ਸਾਈਕਲ ਸਟੈਂਡ ਤੇ ਲਾ ਕੇ ਹੱਥ ਖੜੇ ਨਹੀਂ ਕਰ ਸਕਦਾ ਸੀ ਓਏ ਹੌਲਦਾਰ ਖੜਕ ਸਿੰਘ ਜੀ ਖੜਕਾ ਗਿਆ ਧਰਤੇ ਉਹ ਲੱਭੂ ਰਾਮਾ ਤਮੀਜ਼ ਨਾਲ ਸੋਰੀ ਨਾ ਉਹ ਤੂੰ ਮਗਰ ਕੇ ਕੰਮ ਕਰਦਾ ਓਏ ਹਾਂਜੀ ਮੈਂ ਮਗਰ ਸਿੰਘ ਦੇ ਕੰਮ ਕਰਦਾ ਹੈਗਾ ਜੀ ਖੇਤ ਨਾਲੇ ਮੈਂ ਮਗਰ ਸਿੰਘ ਹੋਰਾਂ ਵਾਸਤੇ ਪਿੰਡ ਤੋਂ ਇੱਕ ਮੁਰਗਾ ਲੈ ਕੇ ਆਇਆ ਸੀਗਾ ਜੀ ਉਹ ਖੇਤ ਵਿੱਚ ਦਾਰੂ ਕੱਢ ਰਹੇ ਨੇ ਜੀ ਸੁਣ ਲਿਆ ਹੁਣ ਇਸੇ ਕਰਕੇ ਲੋਕਾਂ ਦਾ ਥੋਤੋਂ ਯਕੀਨ ਉੱਠਦਾ ਜਾ ਰਿਹਾ ਤੇ ਉਹਦੇ ਪੁੱਤੋ ਕਦੇ ਸਹੀ ਬੰਦਾ ਨਾ ਫੜਿਓ ਓਏ ਤੂੰ ਕਿੱਧਰ ਮੂੰਹ ਚੁੱਕਿਆ ਓਏ ਨਾ ਹੁਣ ਤੁਸੀਂ ਕੀ ਮੇਰੇ ਗੱਲ ਫੀ ਪਾਉਣੀ ਆ ਜਦੋਂ ਬੰਦਾ ਤੁਹਾਡੇ ਮੂੰਹ ਤੇ ਕਹਿ ਰਿਹਾ ਕਿ ਸਰਦਾਰ ਹੋਣੀ ਦਾਰੂ ਕੱਢਦੇ ਸੀ ਚਲ ਚਲ ਬੈਠ ਗੱਡੀ ਮੈਨੂੰ ਤਾਂ ਪੁਲਿਸ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਜਦੋਂ ਲੈ ਕੇ ਜਾਂਦੇ ਆ ਮਾਂ ਨਾਲ ਜੀਪ 'ਚ ਚਾੜ ਕੇ ਲੈ ਕੇ ਜਾਂਦੇ ਆ ਤੇ ਜਿੱਦਣ ਛੱਡਦੇ ਆ ਉਦੋਂ ਜੇਬ 'ਚ ਰਿਕਸ਼ਾ ਜੋਗਾ ਕਿਰਾਇਆ ਵੀ ਨਹੀਂ ਛੱਡਦੇ ਤੂੰ ਸੱਚ ਬੋਲਦੀ ਹੈਗੀ ਸਰਦਾਰ ਜੀ ਉਹ ਤੂੰ ਚੁੱਪ ਕਰਕੇ ਸ਼ਾਂਤੀ ਨਾਲ ਬਹਿ ਜਾ ਸ਼ਾਂਤੀ ਤੇ ਘਰ ਹੈਗੀ ਆ ਗਵਰਨਮੈਂਟ ਜੀ ਲੈ ਕੇ ਤਾਂ ਚੱਲੇ ਹੋ ਇੱਕ ਵਾਰੀ ਸੋਚ ਲਓ ਦੁਬਾਰਾ ਕੀ ਸੋਚ ਲਈ ਓਏ ਆਹੀ ਕਿ ਮੁਲਜ਼ਮ ਤਾਂ ਤੁਹਾਡੇ ਸਾਹਮਣੇ ਬੈਠਾ ਇਹਦੇ ਚਾਰ ਪਟੇ ਪੈਣੇ ਨੇ ਕੱਲੇ ਕੱਲੇ ਦਾ ਨਾਂ ਦੱਸ ਦੇਣਾ ਮੈਨੂੰ ਤੁਸੀਂ ਤੀਏ ਤੁਹਾਨੂੰ ਨਾਲ ਐਵੇਂ ਖੜੀ ਸੀ ਜਾਂਦੇ ਹੋ ਮੇਰੇ ਕਿਉਂ ਪਟੇ ਪੈਣੀ ਹੈਗੀ ਪਟੇ ਪੈਣੀ ਹੈਗੀ ਤੇਰੇ ਜਿਹਨੂੰ ਦਾਰੂ ਕਰਦੇ ਨੂੰ ਫੜਿਆ ਹੈਗੀ ਓਏ ਤੂੰ ਬਹੁਤਾ ਚਪੜ ਚਪੜ ਨਾ ਕਰੋ ਮੈਂ ਸਾਲੇ ਦੇ ਰੈਪਟਾ ਮਾਰੂ ਕੰਨ ਦੀ ਜੜ ਤੇ ਮੈਂ ਕੀ ਰੈਪਟਾ ਮਾਰ ਨਹੀਂ ਸਕਦੀ ਮੇਰੇ ਚੂੜੀਆਂ ਪਾਈਆ ਖੜੋ ਤੇਰੀ ਚੌਲ ਖਾਣੀ ਜਾਂਦੇ ਤੇਰੇ ਤਾਂ ਸਾਲਿਆ ਮੈਂ ਪਹਿਲਾਂ ਚੂੜੀਆਂ ਚੜਾਵਾਂ ਤੇਰੇ ਤਾਂ ਚੜਾਵਾਂ ਤੇਰੇ ਤਾਂ ਚੜਾਵਾਂ ਤੇਰੇ ਤਾਂ ਚੜਾਵਾਂ ਅਸਲ ਕੀ ਬਾਤ ਨਹੀਂ ਕਰਨੀ ਕਿਹੜੀ ਕੈਸਟ ਹੋ ਜਾਤੀ ਕੀ ਬੜਾ ਮੁੱਤ ਤੇਰੇ ਚੁੱਪ ਜਨਾਬ ਆ ਦੋ ਬੰਦੇ ਆਏ ਜੀ ਢਕੇ ਕੀ ਨਾਂ ਤੇਰਾ ਆ ਮੋਤੀਆਂ ਵਾਲੇ ਪਿੰਡ 'ਚ ਦੋਏ ਤਾਂ ਬੰਦੇ ਮਸ਼ਹੂਰ ਨੇ ਆ ਸਰਪੰਚ ਵਿਕਰ ਸਿੰਘ ਤੇ ਅਮਲੀ ਕਿੱਕਰ ਸਿੰਘ ਮੇਰਾ ਨਾਂ ਹੈਗੀ ਰਾਮ ਸਿੰਘ ਗਿੱਲੀ ਗਿੱਲ ਹੁੰਦਾ ਓਏ ਉਹ ਅੱਜ ਕੱਲ੍ਹ ਚੋਨਾ ਲਗਾਉਂਦੀ ਹੈਗੀ ਬੈਠ ਕੇ ਉਹ ਕਬਰਾ ਗਿੱਲਾ ਹੋ ਜਾਂਦੀ ਹੈਗੀ ਪਿੱਛੋਂ
ਪਾਓ ਇਹਨਾਂ ਨੂੰ ਹੋਲ ਅੱਜ ਸੁਕਣੇ। ਜੀ ਜਨਾਬ। ਮੈਂ ਚੱਲਿਆ ਮਿਨਿਸਟਰ ਸਾਹਿਬ ਦੀ ਕਾਰ ਤੇ। ਜੀ ਜਨਾਬ। ਪਿੱਛੋਂ ਖਿਆਲ ਰੱਖਿਓ ਥਾਣੇ ਦਾ। ਜੀ ਜਨਾਬ। ਚਲੋ ਲਵਾਤੀਆਂ ਗੋਡਣੀਆਂ ਤੁਸਾਂ ਦੀਆਂ ਤੇ ਹੁਣ ਗੋਡਣੀਆਂ ਲਵਾਈਆਂ ਨੇ, ਸਾਨੂੰ ਤੇ ਸੁਬਾ ਦਾ ਗੋਡਿਆਂ ਪਾਰ ਕਰ ਛੱਡਿਆ ਹੈ ਨਾ। ਆ ਗੋਡਿਆਂ ਪਾਰ ਤਾਂ ਜਮ ਜਮ ਬੈਠ, ਪਰ ਬੈਠਣ ਲੱਗੇ ਨੇ ਥਾਂ ਥਾਂ ਤਾਂ ਦੇਖ ਲੈਣੀ ਸੀ, ਆ ਥੱਲੇ ਪਾਣੀ ਤੇ ਚੜਾ ਲਈ ਬੈਠਾ। ਪਾਣੀ ਨੂੰ ਹੱਥ ਤੇ ਲਗਾ ਲਿਆ, ਠੀਕ ਹੈ ਚੱਖ ਮਤ ਲੈਣਾ। ਕਿਉਂ ਪਾਣੀ ਨੂੰ ਕਿਉਂ ਨੀ ਚੱਖਣੀ ਹੈਗੀ? ਇਹ ਲੂਣ ਵਾਲਾ ਪਾਣੀ ਹੈ ਨਾ। ਲੂਣ ਵਾਲਾ ਪਾਣੀ? ਕੀ ਗੱਲ, ਥੱਲੇ ਸ਼ਿਕੰਜ ਵੀ ਡੋਲੀ ਬੈਠਾ? ਸ਼ਿਕੰਜ ਵੀ ਨਹੀਂ, ਕਈ ਸਮਝਾਵਾਂ ਬਰਾਵੋ, ਇਹ ਲੂਣ ਵਾਲਾ ਪਾਣੀ। ਮਹਾਰਾਜ ਸਾਲੇ ਬਾਂਦਰ ਜੇ ਦੇ ਰੱਖ ਕੇ ਮੂੰਹ ਤੇ ਚਪੇੜ, ਪਹਿਲਾਂ ਦੀ ਬਕਵਾਸ ਕਰ ਸਕਦਾ ਸੀ, ਆ ਗੰਦ ਚ ਹੱਥ ਪੁਆ ਕੇ ਧਰਤਾ। ਹਾਲੇ ਤੇ ਹੋਰ ਗੰਦ ਪੈਣਾ ਹੈ। ਕਿਉਂ ਹਾਲੇ ਹੋਰ ਕਿਉਂ ਗੰਦ ਪੈਣੀ ਹੈਗੀ? ਤੁਸਾਂ ਦਾ ਯੋਗਦਾਨ ਨਹੀਂ ਪਾਏਗਾ ਉਸ ਵਿੱਚ। ਨਾ ਤੂੰ ਚੀਜ਼ ਕੀ ਆ ਓਏ? ਆਸਾਂ ਦਾ ਨਾਂ ਹੈ ਸ਼ਰਨਜੀਤ ਸਿੰਘ ਸ਼ੈੜੀ। ਅੱਛਾ ਸ਼ੰਟੂ। ਨਾ ਤੈਨੂੰ ਹੋਰ ਕੋਈ ਨਾਂ ਹੀ ਨਹੀਂ ਲੱਭਿਆ ਰੱਖਣ ਨੂੰ? ਚੱਲ ਇਹ ਤਾਂ ਪਤਾ ਲੱਗ ਗਿਆ ਤੂੰ ਸ਼ੰਟੂ ਆ, ਪਰ ਉਹ ਕੀ ਸ਼ਹਿ ਆ? ਸਾਲਾ ਕੁੱਕੜ ਖੰਭ ਜਿਹਾ। ਧੀਰੇ ਬੋਲ ਧੀਰੇ ਬੋਲ, ਇਹੀ ਏ ਜਿਹਨੇ ਸ਼ਿਕੰਜ ਵੀ ਬਣਾਈ ਏ। ਬਹੁਤ ਬਦਮਾਸ਼ ਬੰਦਾ ਏ, ਜਦੋਂ ਗੋਰੀ ਵੱਟ ਕੇ ਤੱਕਦਾ ਏ ਨਾ, ਅਸਾਂ ਦਾ ਤਰਾ ਨਿਕਲ ਜਾਂਦਾ ਏ। ਤੂੰ ਕਿਉਂ ਨੀ ਵੱਟਦਾ ਗੁਰੀਏ ਦੇ ਵੱਲ? ਅਸਾਂ ਨੇ ਵੱਟੀ ਸੀ ਗੁਰੀ ਤੁਸਾਂ ਦੇ ਆਉਣ ਤੋਂ ਪਹਿਲਾਂ। ਤੇ ਫੇਰ ਉਸਨੇ ਮੇਰੇ ਵੱਲ ਗੁਰੀ ਵੱਟੀ, ਮੈਂ ਉਸ ਵੱਲ ਗੁਰੀ ਵੱਟੀ, ਫੇਰ ਕੀ ਹੋਇਆ? ਤੇ ਅਸਾਂ ਦਾ ਤਰਾ ਨਿਕਲ ਗਿਆ ਏ। ਚਲੋ ਹੈ ਤੇ ਦਰਖਤੀ ਨਾ, ਚਲੋ ਜਾਣੇ ਤਾਂ ਛੱਡ, ਤੂੰ ਦੱਸ ਇੱਥੇ ਕਿੱਦਾਂ ਆਈ? ਭਰਾਵਾ ਅਸਾਂ ਦੀ ਬਹੁਤ ਲੰਬੀ ਕਹਾਣੀ ਹੈ, ਅਸਾਂ ਨੂੰ ਅਸਾਂ ਦੀ ਜਾਈ ਨੇ ਭੇਜਿਆ ਕਿ ਸ਼ੈਂਡੀ ਪੁੱਤਰ ਜਾ ਕੇ ਮਾਰਕੀਟ ਦੇ ਵਿੱਚੋਂ ਤੂੰ ਦਹੀਂ ਲੈ ਕੇ ਆ ਆਪਣੇ ਦਾਰਜੀ ਦੇ ਲਈ ਪੂਰੇ ਚਾਰ ਆਨੇ ਦਾ। ਮੈਂ ਦਹੀਂ ਲੈਣ ਚਲਿਆ ਗਿਆ, ਰਸਤੇ ਦੇ ਵਿੱਚ ਜਾਂਦਾ ਪਿਆ ਸਾਂ, ਅਸਾਂ ਨੂੰ ਉਸ ਦਾ ਫਰੈਂਡ ਮਿਲ ਗਿਆ, ਦੋਸਤ ਪੱਕਾ ਦੋਸਤ ਗੋਲੂ। ਗੋਲੂ ਮੈਨੂੰ ਕਹਿੰਦਾ ਸ਼ੈਂਟੀ ਭਰਾ ਮੈਂ ਬੜੀ ਮੁਸੀਬਤ ਵਿੱਚ ਹੈਗਾ, ਮੇਰੇ ਦਾਰ ਜੀ ਮੈਨੂੰ ਖਰਚਾ ਨਹੀਂ ਦਿੰਦੇ ਪਏ, ਇੱਕ ਆਨਾ ਵੀ ਨਹੀਂ, ਇੱਕ ਪੈਸਾ ਵੀ ਨਹੀਂ ਦਿੰਦੇ। ਮੈਂ ਕਿਹਾ ਫਿਰ ਕੀ ਕਰੀਏ? ਕਹਿੰਦਾ ਚੱਲ ਮੇਰੇ ਕੋਲ ਡਾਕਾ ਮਾਰਾਂਗੇ। ਪਾਲਿਆ ਡਾਕਾ ਬਾਹਰ ਮਾਰੀਦਾ, ਬਾਹਰ ਮਾਰੀਦਾ, ਘਰੇ ਚੋਰੀ ਕਰੀਦੀ ਆ। ਯਾਰ ਕੀ ਕਰਦੇ ਪਏ ਹੋ? ਘਰੇ ਦਾਰ ਜੀ ਮਾਰਦੇ ਤੇ ਤੁਸੀਂ ਮਾਰਦੇ ਪਏ ਹੋ, ਸਟੋਰੀ ਤੇ ਸੁਣ ਲਓ ਨਾ। ਚੱਲ ਸੁਣਾ ਸੁਣਾ। ਫਿਰ ਕੀ ਹੋਇਆ? ਮੈਂ ਕਿਹਾ ਚੱਲ ਦੋਸਤ ਕਦ ਕੰਮ ਆਉਣ ਗਈ, ਜਰਾਨਾ ਨਿਭਾਉਣ ਦਾ ਦਿਨ ਤੇ ਆ ਜਾਈਏ ਨਾ। ਆਸਾਂ ਨੇ ਗੋਲੂ ਦੇ ਘਰ ਵੱਲ ਆਪਣੀਆਂ ਬਹੀਰਾਂ ਗਾ ਦਿੱਤੀਆਂ, ਅੰਦਰ ਗਏ, ਤਾਲੇ ਨੂੰ ਹਲੇ ਹੱਥ ਲਗਾਇਆ ਸੀ ਕਿ ਉਸ ਦੇ ਦਾਰ ਜੀ ਉੱਠ ਖੜੇ, ਉੱਠ ਖਲੋਤੇ ਤੇ ਰੌਲਾ ਪਾ ਛੱਡਿਆ, ਚੋਰ ਚੋਰ ਚੋਰ। ਤੇ ਉਹਨਾਂ ਨੇ ਸੰਗੀ ਗੋਲੂ ਰਲ ਗਿਆ ਤੇ ਕਹਿਣ ਲੱਗਿਆ ਚੋਰ ਚੋਰ ਚੋਰ, ਤੇ ਸ਼ੈਡੀ ਨੇ ਚੋਰ ਬਣਾ ਛੱਡਿਆ ਤੇ ਇੱਥੇ ਡੱਕ ਛੱਡਿਆ। ਯਾਰ ਚੰਟੂ, ਤੇਰੇ ਨਾਲ ਤਾਂ ਬਹੁਤ ਮਾੜੀ ਹੋਈ ਆ ਯਾਰ, ਤੇਰੇ ਨਾਲ ਤਾਂ ਤੇਰਾ ਯਾਰ ਹੀ ਦਗਾ ਕਰ ਗਿਆ। ਬਿਲਕੁਲ, ਤੂੰ ਸਦਾ ਕੀ ਗੋਲੂ ਵਰਗਾ ਯਾਰ। ਯਾਰ ਪੁੱਛਦਾ, ਆ ਸਾਲਾ ਠੋਲੂ ਜਿਹਾ ਕਿਸੇ ਗੋਲੂ ਤੋਂ ਘੱਟ ਆ? ਕਿਉਂ, ਮੈਂ ਕੀ ਕੀਤੀ ਹੈਗੀ? ਹੋਰ ਮੈਂ ਕੀਤੀ ਆ, ਸਾਲਿਆ ਮੁਰਗਾ ਤੂੰ ਲੈ ਕੇ ਆਇਆ, ਦਾਰੂ ਤੇਰੇ ਸਰਦਾਰ ਕੱਢਦੇ ਸੀ ਤੇ ਤੀਏ ਥੋਂ ਰਗੜਿਆ ਮੈਂ ਗਿਆ, ਸਾਲੀ ਚੌਲ ਖਾਣੀ ਜਾਤ। ਮੈਂ ਪਹਿਲਾਂ ਵੀ ਕਿਹਾ ਸੀ ਕਾਸੜ ਕੀ ਬਾਤ ਨਹੀਂ ਕਰਨੀ। ਸਾਲਿਆ ਤੇਰੀ ਤਾਂ ਅੱਜ ਮੈਂ ਪਹਿਲਾਂ ਕੈਸਟ ਵਿੱਚ ਲਾਵਾਂ, ਸਮਝਿਆ ਕੀ ਆ? ਤੂੰ ਸਮਝਿਆ? ਮੇਰਾ ਨਾਮ ਹੈ ਸੀਡੀ, ਸੀਡੀ ਇੱਡਾ ਪੱਟ, ਦ ਬਿਗੇਸਟ ਪਾਇਰੇਟ ਆਫ ਮਿਊਜ਼ਿਕ ਇੰਡਸਟਰੀ। ਜੇ ਕਿਸੇ ਨੇ ਚੂੰ ਵੀ ਕੀਤੀ ਤਾਂ ਚੁੱਪੜ ਕੇ ਰੱਖ ਦਊਗਾ ਤੁਹਾਡੇ ਕਰਕੇ। ਜੇ ਮੇਰਾ ਹਵਾਲਾ ਚੋਂ ਭੱਜਣ ਦਾ ਪਲੈਨ ਨਾਕਾਮ ਹੋ ਗਿਆ ਤਾਂ ਇੱਥੇ ਤਣਾਅ ਦੀਆਂ ਨਦੀਆਂ ਵਗ ਜਾਣਗੀਆਂ, ਕਿਉਂਕਿ ਮੇਰਾ ਨਾਮ ਹੈ ਸੀਡੀ, ਸੀਡੀ ਇੱਟਾ ਪੱਟ। ਓਏ ਇੱਟਾ ਪੱਟ, ਹੁਣ ਤੇਰਾ ਟਾਈਮ ਖਤਮ, ਸਾਡਾ ਟਾਈਮ ਸ਼ੁਰੂ। ਉਸ ਦਿਨ ਤਾਂ ਭੱਜ ਗਿਆ ਸੀ ਨਾ, ਅੱਜ ਭੱਜ ਕੇ ਵਿਖਾ, ਅੱਜ ਥਾਣਾ ਵੀ ਖਾਲੀ ਹੈ। ਇਸ ਤੋਂ ਪਹਿਲਾਂ ਕਿ ਦਾਰੂ ਉਤਰੇ ਫੜ ਲੈ ਇਹਨੂੰ, ਅੱਜ ਦਿਨੇ ਇਹਨੂੰ ਦੱਖੂ ਦਾਣਾ। ਹਾਂਜੀ ਆਹ
ਮੈਨੂੰ ਲੱਗਦਾ ਪਿਆ ਜੀਪ ਦਾ ਤਰਾ ਕੱਢਦਾ ਪਿਆ। ਓਏ ਜੀਪ ਦਾ ਤਰਾ ਨਹੀਂ ਕੱਢ ਰਿਹਾ, ਸੈਲਫ ਮਾਰ ਰਿਹਾ। ਮੈਨੂੰ ਲੱਗਦਾ ਜੀਪ ਸਟਾਰਟ ਨਹੀਂ ਹੋ ਰਹੀ। ਮੁੜੇ ਦਰਵਾਜ਼ਾ ਪਿਆ ਏ। ਅਸੀਂ ਨੀ ਭੱਜਣੀ ਹੈਗੀ ਤੇਰੇ ਨਾਲ। ਤੈਨੂੰ ਭੱਜਣ ਨੂੰ ਕੌਣ ਕਹਿ ਰਿਹਾ? ਜੀਪ ਨੀ ਸਟਾਰਟ ਹੋ ਰਹੀ, ਚਲੋ ਧੱਕਾ ਮਾਰਵਾ ਕੇ ਚਲੋ। ਚਲੋ ਧੱਕਾ ਲਓ, ਇਹ ਤੇ ਹੋਰ ਧੱਕਾ ਹੋ ਗਏ ਨਾ ਅਸਾਂ ਨਾਲ। ਚਲੋ ਯਾਰ ਚਲੋ। ਯਾਰ ਭਾਜਣੀ ਇਹਨੇ ਆਪ ਹੈਗੀ, ਤਾਗਾ ਸਾਡੇ ਤੋਂ ਲਵਾਉਂਦੀ ਹੈਗੀ। ਧੱਕਾ ਲਗਾ, ਚਲੋ ਏ ਧੱਕਾ ਮਾਰੋ। ਲਗਾਉਂਦੇ ਪਏ ਆ। ਤੁਹਾਡੇ ਜੰਮਣ ਵਾਲੀਆਂ ਦੇ ਕੀ ਗੱਲ ਹੋਈ ਭਰਾ? ਸਾਲਿਓ ਮੌਜਾਂ ਕਰਨ ਨੂੰ ਇੱਥੇ ਨਾਨਕੇ ਆਏ ਹੋਏ ਹੋ? ਓਏ ਆਪਾਂ ਥਾਣੇ 'ਚ ਬੈਠੇ ਆ, ਥਾਣੇ 'ਚ। ਓ ਵੇਰੀ ਸੋਰੀ, ਮੈਂ ਤੇ ਭੁੱਲ ਹੀ ਗਿਆ ਸੀ ਕਿ ਅਸੀਂ ਤੇ ਪੁਲਿਸ ਸਟੇਸ਼ਨ ਦੇ ਵਿੱਚ ਹੈਗੇ ਆ। ਬਰਾਵੋ, ਪਤਾ ਕੀ ਗੱਲ ਹੋਈ? ਮੇਰੀ ਜਾਈ ਨੇ ਮੈਨੂੰ ਬੁਲਾਇਆ, ਕਹਿੰਦੀ ਸ਼ੈਡੀ ਪੁੱਤਰ ਇੱਧਰ ਆ, ਮਾਰਕੀਟ ਜਾ ਤੇ ਆਪਣੇ ਦਾਰਜੀ ਦੇ ਲਈ ਦਹੀਂ ਲੈ ਕੇ ਆ, ਚਾਰ ਆਨੇ ਦਾ। ਓ ਯਾਰ, ਤੂੰ ਇਹਨਾਂ ਕਸ਼ ਕੱਲ੍ਹ ਹੀ ਚੱਕੀ ਫਿਰਦੀ ਹੈਗਾ। ਪਾਗਲ ਸਮਝਾਈ ਮੈਨੂੰ, ਏਟੀਐਮ ਰੱਖੀ ਦਾ ਏਟੀਐਮ। ਇਹ ਕੀ ਹੁੰਦੀ ਹੈਗਾ ਯਾਰ? ਏਟੀਐਮ ਹੁੰਦਾ ਔਖੇ ਟਾਈਮ ਮਿਹਨਤ, ਯਾਨੀ ਕਿ ਤਰਲਾ। ਹੁਣ ਜੇ ਕੰਮ ਦੀ ਗੱਲ ਸੁਣਨੀ ਆ ਤਾਂ ਕੰਮ ਇੱਧਰ ਨੂੰ ਕਰ ਲਾ। ਭਰਾਵੋ, ਗੱਲ ਇਹ ਆ ਕਿ ਇਸ ਵੇਲੇ ਆਪਾਂ ਹੈਗੇ ਆ ਥਾਣੇ 'ਚ ਇਕੱਲੇ, ਤੇ ਜੇ ਇੱਥੋਂ ਖਿਸਕਣਾ ਤਾਂ ਸਾਨੂੰ ਦਲ ਬਣਾਉਣਾ ਚਾਹੀਦਾ, ਯਾਨੀ ਕਿ ਸੰਤਰਾ ਦਲ। ਮਤਲਬ ਸਮਝਾਓ ਨਾ। ਯਾਰ ਮਤਲਬ ਵੀ ਸਮਝਾਓ ਨਾ, ਜਿਵੇਂ ਸੰਤਰੇ ਦੀਆਂ ਫਾੜੀਆਂ ਅੰਦਰੋਂ ਅਲੱਗ ਅਲੱਗ ਹੁੰਦੀਆਂ ਤੇ ਬਾਹਰੋਂ ਦੇਖਣ ਨੂੰ ਸੰਤਰਾ ਇੱਕ ਲੱਗਦਾ, ਭਾਵੇਂ ਸੰਤਰੇ ਦੀਆਂ ਫਾੜੀਆਂ ਵਾਂਗੂ ਸਾਡੇ ਵਿਚਾਰ ਅਲੱਗ ਅਲੱਗ ਨੇ, ਸਾਨੂੰ ਵੀ ਬਾਹਰੋਂ ਇੱਕ ਦੇਖਣਾ ਚਾਹੀਦਾ। ਇੱਕ ਉਂਗਲੀ ਅਨੇਕ ਉਂਗਲੀ, ਬਣ ਗਿਆ ਮੁੱਠੀ, ਬਣ ਗਿਆ ਤਾਕਤ। ਹੁਣ ਤੂੰ ਬਹੁਤ ਆ ਨਾ ਬੁੱਕ, ਜੇ ਇਥੋਂ ਖਿਸਕਣਾ ਤੇ ਅੱਡੀਆਂ ਨੂੰ ਲਾ ਲਓ ਥੁੱਕ। ਇੱਕ ਮਿੰਟ, ਮੈਂ ਹੁਣੇ ਆਈ ਹੈਗਾ। ਉਹ ਹੁਣ ਇਹ ਕਿਧਰ ਗਿਆ ਭਰਾ ਜੀ? ਜੇ ਪੁਲਿਸ ਵਾਲੇ ਜਾਗ ਪਏ ਜਾਂ ਹੋਸ਼ ਵਿੱਚ ਆ ਗਏ ਤਾਂ ਅਸੀਂ ਤਾਂ ਦੂੜੀ ਲੱਸ ਡਣਗੇ ਨਾ। ਇੱਕ ਮਿੰਟ, ਇੱਕ ਮਿੰਟ, ਹੇ ਕੀ ਏ, ਵਧੀ ਵਧੀ ਸਮੈਲ ਆਉਂਦੀ ਪਈ ਏ। ਉਹ ਕਿਤੇ ਸਾਲਾ ਪੁਲਿਸ ਵਾਲਿਆਂ ਦਾ ਤਰਾ ਤਾਂ ਨਹੀਂ ਚੱਕ ਲਿਆ? ਇਹ ਤਰਾ ਨਹੀਂ ਹੈਗੀ, ਇਹ ਦਾਰੂ ਹੈਗੀ, ਦਾਰੂ। ਪੁਲਿਸ ਲੋਕਾਂ ਦਾ ਦਾਰੂ ਚੱਕਦੀ ਹੈਗੀ, ਅੱਜ ਰਾਮੂ ਨੇ ਪੁਲਿਸ ਵਾਲਿਆਂ ਦਾ ਦਾਰੂ ਚੱਕ ਲਿਆ। ਸਰਦਾਰ ਜੀ, ਜਿਵੇਂ ਰੋਜ਼ ਦਾਰੂ ਪੀ ਕੇ ਬੱਕਰੇ ਬੁਲਾਉਂਦੀ ਹੈਗੀ, ਅੱਜ ਅਸੀਂ ਵੀ ਆਪਣੀ ਮੇਮਣੀ ਬੁਲਾਵਾਂਗੇ। ਓਏ ਤੁਸੀਂ ਬੁਲਾਓ ਮੇਮਣੀ, ਮੈਂ ਸਿੱਟਦਾ ਅੰਦਰ ਫੀਨ ਦਾ ਗੋਲਾ, ਫਿਰ ਦੇਖਿਓ ਅਮਲੀ ਕਿੱਦਾਂ ਬਣਦਾ। ਅੱਜ ਬੱਕਰੀ ਗੁੱਲਾਂ ਤੇ ਆ ਤੇ ਕਾਟੋ ਫੁੱਲਾਂ ਤੇ ਆ। ਓ ਸ਼ਰਾਫਤ ਦਾ ਤੇ ਅੱਜ ਕੱਲ ਜ਼ਮਾਨਾ ਹੀ ਨਹੀਂ ਰਿਹਾ, ਜਿੰਨੀ ਪੁੱਛ ਪੁੱਛ ਕਰੋ ਮੇਰੇ ਸਾਲ ਦੇ ਓਨਾ ਹੀ ਸਿਰ ਤੇ ਚੜਦੇ ਆ। ਓਏ ਅੱਜ ਫਿਰਦੇ ਆ ਤੁਹਾਡੇ ਪਤੰਦਰ ਸ਼ਰਿਆਂ ਇੱਥੇ, ਉਹ ਫੜ ਲਓ ਜਿਹਨੇ ਫੜਨਾ। ਧੱਕਾ ਮਾਰੋ, ਸੁਣਿਆ ਨਹੀਂ? ਮੈਂ ਤੈਨੂੰ ਕਿਹਾ ਧੱਕਾ ਮਾਰੋ। ਤੂੰ ਸਾਡੀ ਸਰਦਾਰ ਹੈਗੀ ਜਿਹੜੀ ਰੋਬ ਚਾੜਦੀ ਹੈਗੀ ਸਾਡੇ ਤੇ, ਜਾ ਅਸੀਂ ਲਾਉਂਦੇਗੀ ਧੱਕਾ। ਓਏ ਤੁਸੀਂ ਮੈਨੂੰ ਜਾਣਦੇ ਨਹੀਂ, myself the biggest pirate of music industry cd ittapatt। ਓਏ ਜੇ ਤੂੰ ਇੱਟਾਪੱਟ ਤਾਂ ਅਸੀਂ ਤਿੰਨੋਂ ਖੌਰੂ ਪੱਟ। ਤਿੰਨੋਂ ਗਦੇ ਲੱਗਦੇ ਆ, ਚਲੋ ਔਖੇ ਵੇਲੇ ਗਦੇ ਨੂੰ ਪਿਓ ਬਣਾਉਣਾ ਹੀ ਪੈਂਦਾ। ਭਾਈ ਸਾਹਿਬ ਤੁਸੀਂ ਤਾਂ ਐਵੇਂ ਨਾਰਾਜ਼ ਹੋ ਗਏ ਹੋ, ਇਹ ਗੱਡੀ ਤਾਂ ਤੁਹਾਡੀ ਫੈਨ ਹੈ, ਕਹਿੰਦੀ ਤੁਹਾਡੇ ਤੋਂ ਬਗੈਰ ਇੱਕ ਵੀ ਪੈਰ ਨਹੀਂ ਪਟਣਾ। ਭਾਈ ਸਾਹਿਬ ਯੂ ਆਰ ਰੋਂਗ, ਬਰਾ ਜੀ ਇਹਨੇ ਕਿਹਾ ਹੋਣਾ ਮੈਂ ਇੱਕ ਟਾਇਰ ਨਹੀਂ ਪੁੱਟਣਾ, ਟਾਇਰ। ਬਿਲਕੁਲ ਸਹੀ ਕਿਹਾ। ਸਾਲੇ ਕਸਰ ਮਸਰ ਕੀ ਕਰੀਏ। ਹਾਂ ਆਪਣੇ ਬੀੜੀ ਭਾਜੀ। ਓਏ ਬੀੜੀ ਨਹੀਂ ਸੀੜੀ, ਚਲੋ ਜੋ ਵੀ ਆ, ਜੇ ਤੁਸੀਂ ਕਹਿੰਦੇ ਹੋ ਤਾਂ ਅੱਜ ਅਸੀਂ ਇੱਕ ਵਾਰੀ ਫੇਰ ਧੱਕਾ ਮਾਰ ਦਿੰਦੇ ਆ, ਪਰ ਸਾਨੂੰ ਆ ਕੈਂਚੀਆਂ ਤੱਕ ਲਾਉਣਾ ਪਊ। ਕਮਾਲ ਕਰਦੇ ਹੋ ਯਾਰ, ਇਹ ਤਾਂ ਗੱਡੀ ਤੁਹਾਡੀ। ਚਲੋ ਸ਼ੰਟੂ ਰਾਮੂ, ਇੱਕ ਵਾਰੀ ਫੇਰ ਲਾ ਦਿੰਦੇ ਆ ਇਹਦੀ ਜੀਪ ਨੂੰ ਧੱਕਾ। ਕੀ ਕਰ ਰਾਜੀ,
एक गल हैगी है। हुण की होया? ए बंदा जे बहुत कमीना। आपा ने गड्डी स्टार्ट कर छड़नी है ते ने भगा के ले जानी है। ए भी गल ठीक है यार। ओए बिड़ी पाजी, मैं ते रामू धक्का लावांगे ते शंटू साडा तेरे नाल बैठू। ठीक है ठीक है, आ जा शंटू। ओए के गल करदे पयो भाजी, के गल करदे पयो? ए बंदा कमीना जे मेनू भगा के लेके त मेरा फिर तो तरह निकल जाना है। ओ क्यों डरदी हैगी? मैं भी तेरे नाल बैठ जांदी हैगी। बाकी गल, बाकी गल। ओके कम, ओके। किते सीटी ना रल के मेनू कल्ले नू ना छड़ जान। वो खतराएगी आगे। क्या लगता जीप तक कहाँ मांग दिया? ए धक्का करने वाले दी जीप आ धक्का तो मंगूगी है। धक्का जीप मंगदी हैगी जा तू मंगदी हैगी? और तने सारे ला दी। ए तुसां दी जीप नालों ते असां दी लूना चंगी हैगी, ना धक्का लाउण दी लोड़ ना पेट्रोल पाउण दी लोड़। पैडल मारी जाओ ते बजाई जाओ दा ते वी ते हुण असां दा दिमाग मत खाओ, अपने करां नूं जाओ जाओ। ਤੁਸੀਂ ਆਪਣੇ ਦੋਸਤ ਨੂੰ ਰਸਤੇ 'ਚ ਛੱਡ ਕੇ ਜਾਓਗੇ? ਨਾ ਦੋਸਤ ਨੂੰ ਸਾਲਿਆ, ਅਸੀਂ ਛੋਟੇ ਹੁੰਦੇ ਤੇਰੇ ਨਾਲ ਲੰਗੋਟ ਬਦਲ ਬਦਲ ਕੇ ਪਾਉਂਦੇ ਰਹੇ ਹਾਂ। ਇੱਕ ਵਾਰੀ ਧੱਕਾ ਕੀ ਲਾਤਾ ਸਾਨੂੰ, ਲੇਬਰੀ ਸਮਝ ਲਿਆ। ਚਲੋ ਸ਼ੰਟੂ ਰਾਮੂ ਚੱਲੀਏ ਆਪਾਂ ਆਪਣੇ ਰਾਹ, ਮੁੜ ਕੇ ਇਸ ਰਸਤੇ ਨਹੀਂ ਆਉਣਾ, ਇਹਨੂੰ ਸਾਲੇ ਨੂੰ ਮਾਰਨ ਦੇ ਧੱਕੇ ਆਪਣੇ ਆਪ। ਸਾਲੇ ਕੱਲੇ ਉਹ ਜੀਟੀ ਰੋਡ ਤੇ ਸਾਲਿਆ, ਤੈਨੂੰ ਜੀਟੀ ਰੋਡ ਦਿਸਦਾ? ਸੋਰੀ ਗਲਤੀ ਹੋ ਗਿਆ। ਉਹ ਕਾਚੀ ਰੋਡ ਤੇ ਦੁਹਾਈਆਂ ਪਾਵੇ ਓਏ, ਅਸਾਂ ਦਾ ਟਰੱਕ ਜਾਈ ਜੀ। ਓ ਕਾਚੀ ਰੋਡ ਤੇ ਹੈ ਫੜਨ रुको यार, पुलिस ने पजा पजा के भूख लगा दिता यार। ओ कीकर सिंह, तेनू कदे भूख नहीं लगे यार? ओए जदो फीम रगा बिच बोले फिर अमली कदे ना डोले। ओए आपा ता सवेर दे ही कंडे च। एक मिनट वीर जी, इधर आओ इधर आओ। सारे लोग ही कंडे ते हो जाने। वीर जी ध्यान ना सुनो, म्यूजिक दी आवाज, डीजे डीजे, लगता किसी की शादी हो रही है। अंदर चलते हैं, नाले जशन करांगे, नाले खाना नाले गाना, नाले खाना नाले गाना। ते बाहर जड़ी पुलिस खड़ी होगी गेट ते, अंदर बढ़ांगे किधर दी? वीर जी कर देती ना चार आने वाली गल, फिर चिड़के तिड़के वाली गल करोगे तुसी ना। वीर जी दीवार टप जाने, जंप कर जाने। चल ठीक है जे तू कहना। पहला मेनू टपा, ਲੋ ਵੀਰ ਜੀ ਉੱਥੇ ਪਹੁੰਚ ਗਏ ਨੇ, ਹੁਣ ਆਪਾਂ ਵੀ ਚੱਲੀਏ ਨਾ, ਕੱਲ ਇੰਜੋਏ ਕਰਨਗੇ ਉਧਰ। ਮੇਰੇ ਯਾਰ ਦੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ, ਮੇਰੇ ਯਾਰ ਕੀ ਸ਼ਾਦੀ ਹੈ। ਓ ਯਾਰ ਸ਼ੈਂਟੀ, ਆ ਕਿੱਥੇ ਆ ਗਈ ਯਾਰ ਆਪਾਂ? ਓ ਬ੍ਰਦਰ,
ਮੈਨੂੰ ਲੱਗਦਾ ਬਰਾਤੀ ਨੱਚ ਰਹੇ ਹੈਗੇ ਡਰੈਸ ਕੋਡ ਦੇ ਵਿੱਚ। ਫੋਨ ਕਰੋ, ਅੱਜ ਮੇਰੇ ਯਾਰ ਕੀ ਸ਼ਾਦੀ ਹੋਈ। ਸਾਲਿਆ ਸ਼ਾਦੀ ਤੇ ਪੁੱਤਰਾ, ਤੈਨੂੰ ਇਹ ਬਰਾਤੀ ਲੱਗਦੇ ਨੇ? ਓਏ, ਆਪਾਂ ਪਾਗਲਖਾਨੇ ਚ ਆ ਗਏ ਆ ਤੇ ਆਪਾਂ ਨੂੰ ਪਾਗਲ ਸਮਝ ਕੇ ਤੁਹਾਡੇ ਪਿਓ ਫੜਨ ਆ ਰਹੇ ਨੇ ਪਾਗਲਖਾਨੇ ਵਿੱਚ। ਫੇਰ ਵੀ ਇੰਜੋਏ ਕਰੋ ਯਾਰ, ਅੱਜ ਮੇਰੇ ਯਾਰ ਕੀ ਸ਼ਾਦੀ ਹੋਈ। ਚਲੋ ਚਲੋ, ਯਾਰ ਦੀ ਸ਼ਾਦੀ ਉਹ ਅਸੀਂ ਪਾਗਲ ਨਹੀਂ ਆ। ਉਹ ਭਰਾਵਾ ਸਾਡੀ ਗੱਲ ਤਾਂ ਸੁਣੋ ਯਾਰ, ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣੀ ਆ, ਇੱਕ ਮਿੰਟ ਗੱਲ ਤਾਂ ਸੁਣੋ। ਵੱਡਾ ਚੋਰੀ, ਚੱਲ ਗਿਆ, ਚੱਲ ਡਾਕਟਰ ਸਾਹਿਬ ਆਪੀ ਦੱਸਣ ਕਿਹੜਾ ਪਾਗਲ ਹੈ, ਚੱਲ ਬੈਠ ਇੱਥੇ ਬੰਦਾ ਬਣ ਕੇ। ਪਾਗਲ ਨਹੀਂ ਆ, ਬੈਠ ਜਾ, ਤੂੰ ਇੱਥੇ ਬੰਦਾ ਨਹੀਂ। ਓ ਬੈਠ ਜਾ, ਇਹਨੂੰ ਲਾਓ ਸਭ ਤੋਂ ਪਹਿਲਾਂ ਬਿਜਲੀ ਦਾ ਉਧਰ। ਯਾਰ ਮੈਂ ਡਾਕਟਰ ਝਟਕੇ ਲਾ, ਮੈਂ ਬੜੇ ਵੱਡੇ ਵੱਡੇ ਪਾਗਲਾਂ ਨੂੰ ਠੀਕ ਕੀਤਾ। ਇਹਦੀ ਸਭ ਤੋਂ ਵੱਡੀ ਉਦਾਹਰਨ ਤਾਂ ਮੈਂ ਆਪ, ਮੈਂ ਆਪਣੇ ਆਪ ਨੂੰ ਠੀਕ ਕੀਤਾ। ਅੱਛਾ ਝਟਕੇ ਸਾਹਿਬ, ਤੁਸੀਂ ਆਪਣੇ ਤੋਂ ਬਿਨਾਂ ਕਿਸੇ ਹੋਰ ਦਾ ਵੀ ਇਲਾਜ ਕੀਤਾ? ਉਹ ਆਪਣੇ ਸਿੱਧੂ ਸਾਹਿਬ, ਉਹ ਪਹਿਲਾਂ ਉਹਨਾਂ ਨੂੰ ਬੜਾ ਗੁੱਸਾ ਆਉਂਦਾ ਸੀ, ਬੜਾ ਗੁੱਸਾ ਆਉਂਦਾ ਸੀ। ਜਦੋਂ ਉਹਨਾਂ ਨੂੰ ਮੈਂ ਬਿਜਲੀ ਦੇ 3 ਝਟਕੇ ਲਾਏ, ਹੁਣ ਉਹਨਾਂ ਨੂੰ ਗੁੱਸਾ ਆਉਂਦਾ ਨਹੀਂ ਤੇ ਹਾਸਾ ਉਹਨਾਂ ਦਾ ਜਾਂਦਾ ਨਹੀਂ। ਉਹ ਗੁਰੂ ਜਿਹੜੀ ਏਦਾਂ ਕਹਿੰਦੇ ਹੈਗੀ। ਹਾਂ, ਪਰ ਪਾ ਜੀ, ਅਸੀਂ ਤੇ ਪਾਗਲ ਨਹੀਂ ਹੈਗੇ ਨਾ। ਹਰ ਕੋਈ ਇੱਥੇ ਆ ਕੇ ਇਹੀ ਕਹਿੰਦਾ ਵੀ ਮੈਂ ਪਾਗਲ ਨਹੀਂ ਹਾਂ, ਪਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਚੋਂ ਵੱਡਾ ਕੌਣ? ਪਾਵਰਫੁੱਲ, ਜਿਹੜਾ ਵੱਡਾ ਉਹਨੂੰ ਬਿਜਲੀ ਦੇ ਕਰੰਟ ਦੇ ਝਟਕੇ ਲਾਏ ਜਾਣਗੇ। ਮੈਨੂੰ ਪਤਾ ਸੀ ਕਿ ਤੂੰ ਹੀ ਹੈ ਸੋਹਣਾ ਸੁਨੱਖਾ ਨੌਜਵਾਨ ਪਾਗਲ। ਚਲੋ ਹੁਣ ਤੁਹਾਨੂੰ ਮੈਂ ਲੈ ਕੇ ਜਾਵਾਂ ਮਸ਼ੀਨ ਕੋਲ, ਜਾਂ ਤੁਸੀਂ ਆਪ ਚੱਲੋਗੇ? ਤੁਹਾਨੂੰ ਆਉਣ ਦੀ ਲੋੜ ਨਹੀਂ ਡਾਕਟਰ ਸਾਹਿਬ, ਸੀਡੀ ਇੱਟਾ ਪੱਟ ਆਪ ਚੱਲ ਕੇ ਆਏਗਾ। ਡਾਕਟਰ ਤੋਂ ਪਹਿਲਾਂ ਮੈਂ ਮਿਸਤਰੀ ਸੀ, ਇਸੇ ਕਰਕੇ ਮੈਂ ਇਹਨਾਂ ਕਰੰਡੀਆਂ ਦੇ ਨਾਲ। ਦੇਖੋ ਬੇਟੇ, ਹੁਣ ਇੱਕ ਚਿੜੀ ਨਿਕਲੇਗੀ। ਇੱਕ ਵਾਰੀ ਹੋਰ ਕਰੋ, ਬਹੁਤ ਮਜ਼ਾ ਆ ਰਿਹਾ। ਡਾਕਟਰ ਸਾਹਿਬ, ਗੱਲ ਤਾਂ ਇਹ ਹੈ ਵੀ ਅਸੀਂ ਤੁਹਾਡੇ ਕੋਲੋਂ ਇਲਾਜ ਤਾਂ ਕਰਵਾਉਣਾ ਚਾਹੁੰਦੇ ਹਾਂ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਡਾਕਟਰ ਕੋਲੋਂ ਅਸੀਂ ਆਪਣਾ ਇਲਾਜ ਕਰਵਾਉਣਾ, ਕੀ ਉਹ ਵਾਕਈ ਡਾਕਟਰ ਆ ਕਿਤੇ ਪਾਗਲ ਤਾਂ ਨਹੀਂ? ਮੈਂ ਬਿਲਕੁਲ ਠੀਕ ਹਾਂ। ਸਾਨੂੰ ਕੀ ਸਬੂਤ ਆ ਕਿ ਤੁਸੀਂ ਠੀਕ ਹੋ? ਕੁਛ ਵੀ ਪੁੱਛੋ। ਮੈਂ ਇੱਕ ਸਵਾਲ ਪੁੱਛਾਂ, ਆਹ ਵੇਖੋ 3 ਕੋਠੀਆਂ ਨੇ, ਪਹਿਲੀ ਕੋਠੀ ਨੂੰ ਅੱਗ ਲੱਗੀ, ਫਿਰ ਦੂਜੀ ਕੋਠੀ ਨੂੰ ਅੱਗ ਲੱਗੀ, ਫਿਰ ਤੀਜੀ ਨੂੰ ਲੱਗੀ। ਦੇਖਦੇ 3 ਕੋਠੀਆਂ ਅੱਗ ਦੀ ਲਪੇਟ 'ਚ ਆ ਗਈ। ਉਧਰੋਂ ਐਂਬੂਲੈਂਸ ਸਾਇਰਨ ਵਜਾਉਂਦੀ, ਹੂਟਰ ਵਜਾਉਂਦੀ, ਟੂ ਟਾ ਟੂ ਟਾ ਟੂ ਟਾ ਕਰਦੀ ਆ ਗਈ। ਸਵਾਲ ਇਹ ਆ ਕਿ ਐਂਬੂਲੈਂਸ ਸਭ ਤੋਂ ਪਹਿਲਾਂ ਕਿਹੜੀ ਕੋਠੀ ਦੀ ਅੱਗ ਬੁਝਾਊਗੀ? ਪਹਿਲੀ ਦੀ। ਲਾਓ ਸਾਲੇ ਦੇ ਬਿਜਲੀ, ਕਿਉਂ ਐਂਬੂਲੈਂਸ ਤਾਂ ਅੱਗ ਬੁਝਾਉਂਦੀ ਹੈ ਨਹੀਂ, ਅੱਗ ਤੇ ਬੁਝਾਉਂਦੀ ਹੈ ਫਾਇਰ ਬ੍ਰਿਗੇਡ। ਇੱਕ ਸਵਾਲ ਮੈਂ ਵੀ ਪੁੱਛਣੀ ਹੈਗੀ, ਮੈਨੂੰ ਇਹ ਦੱਸੋ, ਹਾਥੀ ਆਂਡਾ ਦਿੰਦੀ ਹੈਗੀ ਜਾਂ ਬੱਚਾ? ਬੱਚਾ ਦਿੰਦੀ। ਲਗਾਓ ਸਾਲੇ ਦੇ ਬਿਜਲੀ, ਕਿਉਂ ਬੱਚਾ ਤਾਂ ਹੱਥ ਨਹੀਂ ਦਿੰਦੀ ਹੈਗੀ, ਹਾਥੀ ਤਾਂ ਬੱਚਾ ਦਿੰਦੀ ਨਹੀਂ ਹੈਗੀ। ਓ ਸਾਲਿਓ, ਆਪਣਾ ਮਰੀਜ਼ ਤਾਂ ਚੱਕੋ, ਇਹ ਤਾਂ ਮੂਧਾ ਹੋ ਗਿਆ। ਚੱਕੋ ਚੱਕੋ ਚੱਕੋ, ਸ਼ਾਬਾ ਸ਼ਾਬਾ, ਜਲਦੀ ਕਰੋ, ਚੱਕੋ ਨਾ। ਤੁਸਾਂ ਦੇ ਚੱਕਰ ਵਿੱਚ ਪੈ ਕੇ ਤੇ ਇਸ ਦੇ ਚੱਕਰ ਵਿੱਚ ਪੈ ਕੇ ਨਾ ਮੈਂ ਖੁਦ ਗਨ ਚੱਕਰ ਬਣ ਗਿਆ। ਇੱਕ ਵਾਰੇ ਹੋਸ਼ ਵਿੱਚ ਆ ਜਾਵੇ, ਹੋਸ਼ ਵਿੱਚ ਆ ਜਾਵੇ ਨਾ, ਮੈਂ ਤੇ ਆਪਣਾ ਦਹੀਂ ਲੈ ਕੇ ਫੁਰ ਹੋ ਜਾਣਾ। ਪਰ ਪਤਾ ਨਹੀਂ ਕਦ ਹੋਸ਼ ਵਿੱਚ ਆ ਸੀ, ਕਦ ਹੋਸ਼ ਵਿੱਚ ਆ ਸੀ। ਓਏ ਯਾਰ, ਇਹਦਾ ਕੋਈ ਪੇਚ ਪੂਚ ਤੇ ਨਹੀਂ ਟੀਲਾ ਹੋ ਗਿਆ? ਇਹ ਕੂੰ ਕਮਲੀ ਇੱਕ ਪੈ ਗਈ ਸਿਵਿਆਂ ਦੇ ਰਾਹ, ਜਦੋਂ ਦੇ ਇਹਦੇ ਨਾਲ ਰਲਿਆ ਸਾਲੇ ਧੱਕੇ ਹੀ ਧੱਕੇ ਲਿਖੇ ਨੇ, ਪਤਾ ਨਹੀਂ ਕਦੋਂ ਖੜਾ ਛੁੱਟੂ। ਮੈਂ ਤੇ ਕਹਿਣਾ ਭਾਜੀ, ਹੋਸ਼ ਵਿੱਚ ਆਵੇ ਜਾਂ ਨਾ ਆਵੇ, ਆਪਾਂ ਪਾ ਚੱਲਦੇ ਆ। ਨਹੀਂ ਯਾਰ, ਬੰਦਾ ਹੀ ਬੰਦੇ ਦੇ ਕੰਮ ਆਉਂਦੀ ਹੈਗੀ। ਠੀਕ ਹੈ, ਫਿਰ ਮੈਂ ਵੀ ਇੱਥੇ ਰਵਾਂਗਾ। ਆ ਗਈ, ਆ ਗਈ, ਪੁਲਿਸ ਆ ਗਈ।
ਇਹ ਹੋਸ਼ ਆ ਗਈ, ਇਹ ਹੋਸ਼ ਆ ਗਈ। ਮੈਂ ਕਿਹਾ ਤੁਸੀਂ ਭਾਈ ਸਾਹਿਬ 5 ਸਟਾਰ ਚ ਹੋ। ਮੈਂ ਕਿਹਾ ਪਾਗਲ ਖਾਨੇ ਦੇ ਉਹ ਯਾਰ, ਇਹਦੇ ਨਾਲ ਤਾਂ ਪਾਗਲ ਖਾਨਾ ਚੰਗਾ ਸੀ। ਇਹ ਤੋਂ ਪਹਿਲਾਂ ਪੁਲਿਸ ਆ ਜਾਵੇ, ਉੱਠ ਭਰਾਵਾ, ਉੱਠ ਉੱਠ ਪੁਲਿਸ ਆ ਜਾਵੇ, ਉੱਠ। ਇਹ ਏਰੀਆ ਤੇ ਜਾਣਿਆ ਪਛਾਣਿਆ ਲੱਗਦਾ, ਲੱਗਦਾ ਸੀ ਆਪਣੇ ਅੱਡੇ ਦੇ ਕੋਲ ਆ ਗਏ। ਓਏ ਸ਼ੁਕਰੇ ਭਰਾਵਾ, ਤੈਨੂੰ ਹੋਸ਼ ਆਈ, ਜਿੰਨੀ ਨਾਤੀ ਓਨੀ ਪੁੰਨ। ਤੂੰ ਆਪਣੇ ਘਰ ਜਾ, ਅਸੀਂ ਆਪਣੇ ਘਰ ਜਾਂਦੇ ਆ। ਚੰਗਾ ਭਰਾਵਾ, ਸਤਿ ਸ੍ਰੀ ਅਕਾਲ। ਇਹ ਤਿੰਨਾਂ ਲਾਈ ਲੱਗਾਂ ਨੂੰ ਤੇ ਰੋਕਣਾ ਪੈਣਾ, ਕੰਮ ਦੇ ਬੰਦੇ ਆ, ਇਹ ਮੇਰਾ ਕੰਮ ਕਰ ਸਕਦੇ ਆ। ਓਏ ਤੁਸੀਂ ਮੇਰੇ ਇਲਾਕੇ ਚੋਂ ਇੱਦਾਂ ਵਾਪਸ ਨਹੀਂ ਜਾ ਸਕਦੇ। ਓਏ ਸਿੜੀ, ਇੱਕ ਗੱਲ ਹਮੇਸ਼ਾ ਯਾਦ ਰੱਖੀ ਓਏ, ਕਿ ਸ਼ੀਸ਼ਾ ਤੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਹੁਣ ਤੂੰ ਸਾਨੂੰ ਆਪਣੇ ਇਲਾਕੇ ਚ ਆ ਕੇ ਧਮਕੀ ਦਿੰਦੀ ਹੈਗੀ? ਜੇ ਅਸਾਂ ਨਾਲ ਅਸਾਂ ਦੇ ਦਾਤ ਨਹੀਂ ਹਨ ਤੇ ਅਸਾਂ ਨੂੰ ਇਕੱਲੇ ਸਮਝਣ ਦਿਆ? ਮੈਨੂੰ ਪਤਾ ਤੂੰ ਕਮੀਨਾ ਬੰਦਾ ਹੈ ਤੇ ਕੋਈ ਨਾ ਕੋਈ ਕਮੀਨਗੀ ਜ਼ਰੂਰ ਕਰੇਗਾ। ਓਏ 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 ਓਏ, ਮੇਰਾ ਮਤਲਬ ਇਹ ਨਹੀਂ ਹੈ, ਤੁਸਾਂ ਨੇ ਮੇਰੀ ਜਾਨ ਬਚਾਈ ਹੈ, ਮੈਂ ਤੁਹਾਡਾ ਅਹਿਸਾਨ ਮੰਨਦਾ। ਓਏ ਮੈਨੂੰ ਵੀ ਕੋਈ ਖਾਤਰਦਾਰੀ ਕਰਨ ਦਾ ਮੌਕਾ ਦਿਓ, ਚਲੋ ਅੱਡੇ ਚੱਲਦੇ ਹਾਂ। ਮੇਰੇ ਕੋਲ ਟਾਈਮ ਨਹੀਂ ਹੈਗੀ, ਮੈਂ ਘਰ ਚਲੀ। ਨਾ ਘਰੇ ਤੈਨੂੰ ਘੁੰਡ ਵਾਲੀ ਡੀਕਦੀ ਆ, ਠੀਕ ਹੈ ਜੇ ਤੁਹਾਡੇ ਕੋਲ ਨਹੀਂ ਟਾਈਮ ਤੇ ਨਾ ਸੀ, ਮੈਂ ਸਿੜੀ ਬਾਈ ਤੇਰੇ ਨਾਲ। ਕਿਰਪਾ ਜੀ ਕਿਕਰ ਭਾਈ, ਦਰਸਲ ਗੱਲ ਇਹ ਹੈ ਕਿ ਕੁੰਡ ਵਾਲੀ ਤਾਂ ਸ਼ੈਂਟੀ ਨੂੰ ਵੀ ਨਹੀਂ ਉਡੀਕਦੀ ਪਈ, ਪਰ ਸਾਨੂੰ ਅਸਾਂ ਦੇ ਦਾਰ ਜੀ ਦੀ ਫਿਕਰ ਹੈਗੀ ਕਿ ਜੇ ਦਹੀਂ ਨਾ ਲੈ ਕੇ ਗਿਆ ਤੇ ਰੋਟੀ ਕਿੱਦਾਂ ਖਾਣਗੇ। ਪਰ ਕੋਈ ਗੱਲ ਨਹੀਂ, ਮੈਂ ਤੁਸਾਂ ਦੇ ਨਾਲ ਜਾਵਾਂਗਾ। ਉਹ ਪ੍ਰਾਵੋ, ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਹੈਗਾ। ਇੱਕ ਉਂਗਲੀ ਬਣ ਗਿਆ ਮੁੱਠੀ, ਬਣ ਗਿਆ ਦਾਤ। Everybody, ਕਦੇ ਨਹੀਂ ਬਣਨੀ ਉਹ ਮੇਰੀ ਘਰ ਵਾਲੀ, ਹੁਣ ਕਦੇ ਨਹੀਂ ਬਣਨੀ ਉਹ ਮੇਰੀ ਘਰ ਵਾਲੀ, ਹੁਣ ਮੈਂ ਕੀ ਕਰਨੀ ਮੋਢੇ ਟੰਗੀ ਦੁਨਾਲੀ।
ਦੀ ਸਭਾ ਇੱਥੇ ਹੀ ਸਮਾਪਤ। ਉਸਤਾਦ ਜੀ ਮਾਫ ਕਰਿਓ, ਆ ਤੁਸੀਂ ਤੈਨੂੰ ਨਜ਼ਰ ਵੱਟੂ ਜਾਂ ਕਿੱਥੋਂ ਫੜ ਲਿਆਉਂਦੇ ਨੇ? ਤੈਨੂੰ ਜੋਕਰ ਲੱਗਦੇ ਨੇ। ਓਏ ਕਈ ਵਾਰੀ ਤਾਸ਼ ਦੀ ਗੇਮ ਜੋਕਰਾਂ ਨਾਲ ਹੀ ਜਿੱਤੀ ਜਾਂਦੀ ਹੈ ਪਾਲਿਆ। ਜੇ ਜੋਕਰ ਬਾਦਸ਼ਾਹ ਬਣ ਬੈਠੇ ਤਾਂ ਫੇਰ? ਫੇਰ ਸੀਡੀ ਆਪਣੇ ਰਾਸਤੇ ਦੇ ਰੋੜਿਆਂ ਨੂੰ ਸਾਫ਼ ਕਰਨਾ ਚੰਗੀ ਤਰ੍ਹਾਂ ਜਾਣਦਾ। ਆ ਗਏ ਮੇਰੀ ਤਾਸ਼ ਦੇ ਤਿੰਨੋ ਯੱਕੇ। ਗੁੱਡ ਮਾਰਨਿੰਗ ਵੀਰ ਜੀ। ਗੁੱਡ ਮਾਰਨਿੰਗ। ਕਿਵੇਂ ਰਿਹਾ ਰਾਤ ਦਾ ਜਸ਼ਨ? ਹੈ ਬਹੁਤ ਮਜ਼ਾ ਆਇਆ ਵੀਰ ਜੀ, ਬਹੁਤ ਮਜ਼ਾ ਆਇਆ। ਸੀਡੀ ਪਾਜੀ, ਤੁਹਾਨੂੰ ਲੋਕ ਸੀਡੀ ਇੱਟਾਂ ਪੁੱਟ ਕਿਉਂ ਕਹਿੰਦੀ ਹੈਗੀ? ਯਾਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ? ਬੀੜੀ ਪਾਜੀ ਇੱਟਾਂ ਵਾਲੇ ਭੱਠੇ ਤੇ ਕੰਮ ਕਰਦੇ ਹੋਣੇ ਆ? ਓਏ ਨਹੀਂ ਓਏ, ਇਹ ਬਹੁਤ ਲੰਬੀ ਦਾਸਤਾਨ ਹੈ। ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਸੁਣ ਰੱਖਿਆ ਸੀ ਕਿ ਇੱਟ ਪੁੱਟੋ ਤੇ ਕਲਾਕਾਰ ਨਿਕਲ। ਮੈਂ ਬਹੁਤ ਇੱਟਾਂ ਪੱਟੀਆਂ ਪਰ ਮੇਰੇ ਹੱਥ ਕੋਈ ਕਲਾਕਾਰ ਨਹੀਂ ਲੱਗਿਆ। ਲੱਗਣਾ ਵੀ ਕਿੱਥੋਂ ਸੀ? ਸਾਰੇ ਕਲਾਕਾਰਾਂ ਨੂੰ ਤੇ ਚੰਗੀਆਂ ਕੰਪਨੀਆਂ ਪੱਟ ਕੇ ਲੱਗੀਆਂ। ਉਸ ਦਿਨ ਮੈਂ ਇਸ ਗੱਲ ਦਾ ਫੈਸਲਾ ਕੀਤਾ ਕਿ ਇਹਨਾਂ ਕਲਾਕਾਰਾਂ ਤੇ ਕੰਪਨੀਆਂ ਨੂੰ ਜੜੋਂ ਖਤਮ ਕਰ ਦਿਆਂਗਾ। ਬਸ ਅੱਛਾ ਅੱਛਾ, ਇਸ ਲਈ ਤੁਹਾਨੂੰ ਸੀਡੀ ਟੋਪੁੱਟ ਕਹਿੰਦੇ ਨੇ? ਚੰਦਨ ਦਾਸ ਇੱਟਾਂ ਪੱਟ। ਸੁਣੋ, ਪੰਜਾਬ ਦੀ ਮਸ਼ਹੂਰ ਮਿਊਜ਼ਿਕ ਕੰਪਨੀ ਐਫ ਸੀਰੀਜ਼ ਦੇ ਮਾਲਕ ਫੌਜਾ ਸਿੰਘ ਦੇ ਨਾਲ ਮੇਰੀ ਪੁਰਾਣੀ ਦੁਸ਼ਮਣੀ ਹੈ। ਮੈਂ ਉਹਦੀਆਂ ਕਈ ਕੈਸਟਾਂ ਦੀਆਂ ਡੁਪਲੀਕੇਟ ਕੈਸਟਾਂ ਬਣਾ ਕੇ ਮਾਰਕੀਟ 'ਚ ਵੇਚੀਆਂ। ਪਿੱਛੇ ਜੇ ਮੈਂ ਉਹਦੀ ਇਹ ਹਾਰਡ ਡਰਾਈਵ ਚੋਰੀ ਕੀਤੀ ਹੈ। ਇਸ ਡਿਸਕ 'ਚ ਪਤਾ ਕੀ ਹੈ? ਨਵੇਂ ਤੇ ਨਾ ਵਾਰ ਕਲਾਕਾਰਾਂ ਦੀਆਂ ਓਰੀਜਨਲ ਰਿਕਾਰਡਿੰਗਸ ਜੋ ਅਜੇ ਤੱਕ ਮਾਰਕੀਟ 'ਚ ਨਹੀਂ ਆਈਆਂ। ਇਸ ਹਾਰਡ ਡਿਸਕ ਦੇ ਚੱਕਰ 'ਚ ਮੈਂ ਕਈ ਵਾਰੀ ਜੇਲ ਗਿਆ, ਪਰ ਹੁਣ ਮੈਨੂੰ ਫੌਜਾ ਸਿੰਘ ਚਾਹੀਦਾ। ਆ ਬੀੜੀ ਭਾਜੀ, ਆ ਜਦ ਤੁਹਾਡੇ ਕੋਲ ਹਾਰਡ ਡਿਸਕ ਹੈਗੀ ਆ, ਫਿਰ ਤੁਸੀਂ ਫੌਜਾ ਸਿੰਘ ਤੋਂ ਅੰਬ ਲੈਣੇ ਆ? ਓਏ ਨਹੀਂ ਓਏ, ਅੰਬ ਨਹੀਂ, ਪਾਸਵਰਡ ਚਾਹੀਦਾ, ਯਾਨੀ ਕਿ ਹਾਰਡ ਡਿਸਕ ਦੀ ਚਾਬੀ। ਇਸ ਵਿੱਚ ਕੀ ਮੁਸ਼ਕਲ ਹੈ ਵੀਰ ਜੀ? ਬਾਜ਼ਾਰ ਵਿੱਚ ਜਾਓ, ਚਾਰ ਆਨੇ ਦੀ ਮਿਲ ਜਾਂਦੀ ਆ ਚਾਬੀ। ਭਾਜੀ ਚਾਬੀ ਦੀ ਕੀ ਲੋੜ ਹੈਗੀ? ਇਹਨੂੰ ਪੰਜ ਤੋਰ ਕਰਕੇ ਵਿੱਚੋਂ ਹੀ ਕੱਢ ਲੈਂਦੇ ਹੈਗੇ। ਓਏ ਚੁੱਪ ਓਏ, ਤੁਹਾਡਾ ਕੰਮ ਹੈ ਫੌਜਾ ਸਿੰਘ ਦੇ ਘਰ ਜਾਣਾ ਤੇ ਉਹਨੂੰ ਚੱਕ ਕੇ ਮੇਰੇ ਕੋਲ ਲੈ ਕੇ ਆਣਾ। ਭਾਜੀ ਸ਼ੀਸ਼ਾ ਤਿੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਵੀਰ ਜੀ ਪਰ ਅਸੀਂ ਫੌਜਾ ਸਿੰਘ ਦੇ ਘਰ ਜਾਵਾਂਗੇ ਕਿਸ ਤਰ੍ਹਾਂ? ਆ ਫੜੋ ਅਖਬਾਰ। ਨਾ ਹੁਣ ਅਸੀਂ ਲੋਕਾਂ ਦੇ ਘਰੇ ਅਖਬਾਰ ਵੰਡਣ ਜੋਗੇ ਰਹਿ ਗਏ? ਓਏ ਨਹੀਂ ਓਏ, ਇਹ ਅਖਬਾਰ ਤੁਹਾਨੂੰ ਫੌਜਾ ਸਿੰਘ ਦੇ ਘਰ ਤੱਕ ਲੈ ਕੇ ਜਾਏਗਾ, ਕਿਉਂਕਿ ਇਸ ਅਖਬਾਰ ਵਿੱਚ ਫੌਜਾ ਸਿੰਘ ਦੀ ਕੁੜੀ ਦੇ ਰਿਸ਼ਤੇ ਦਾ ਇਸ਼ਤਿਹਾਰ ਛਪਿਆ। ਪਰ ਇੱਕ ਗੱਲ ਯਾਦ ਰੱਖਿਓ, ਜੇ ਮੇਰੇ ਨਾਲ ਕੋਈ ਧੋਖਾ ਜਾਂ ਸ਼ਿਆਰੀ ਕੀਤੀ ਤੇ ਜਾਨ ਤੋਂ ਹੱਥ ਤੋਂ ਬੈਠੋਗੇ। ਓ ਤੇਰੇ ਟਿੱਲੇ ਤੋਂ ਏ ਸੂਰਤ ਦੀਦੀ ਆਹੀਰ ਦੀ, ਓ ਲਵੇ ਕਿ ਗੌਰ ਕਾ ਉੱਡਦੀ ਆ ਫੁਲਕਾਰੀ। ਆਇਆ ਜੀ ਆਇਆ, ਆਇਆ ਜੀ ਆਇਆ ਜੀ ਆਇਆ ਜੀ। ਹਾਂ ਕਿਵੇਂ ਆਏ ਹੋ? ਤੁਰ ਕੇ ਆਏ ਹੋ? ਮੇਰਾ ਮਤਲਬ ਕਹਿਣ ਦਾ ਕੰਮ ਕੀ ਆਏ ਹੋ? ਆ ਬ੍ਰਦਰ ਫਾਦਰ ਇਨ ਲਾ ਨੂੰ ਮਿਲਣਾ ਮੰਗਦਾ। ਆਈ ਮੀਨ ਫੌਜਾ ਸਿੰਘ। ਮੈਨੂੰ ਮਿਲੋ, ਮੈਂ ਵੀਰ ਚੱਕਰ ਵਿਜੇਤਾ ਰਿਟਾਇਰਡ ਸੂਬੇਦਾਰ ਮੇਜਰ ਸਰਦਾਰ ਬਹਾਦਰ ਸਰਦਾਰ ਫੌਜਾ ਸਿੰਘ ਦਾ ਨੌਕਰ ਸੁਨੱਖਾ ਸਿੰਘ। ਕਾਕੇ ਨਾ ਗਲਤ ਰੱਖ ਲਿਆ, ਅੱਖਾਂ ਦੇ ਹਿਸਾਬ ਨਾਲ ਤੇਰਾ ਨਾਂ ਸੁਨੱਖਾ ਸਿੰਘ ਨਹੀਂ, ਚਮੱਖਾ ਸਿੰਘ ਚਾਹੀਦਾ। ਬਕਵਾਸ ਬੰਦ ਕਰੋ, ਕੰਮ ਦੱਸੋ ਕੀ ਆ? ਕੰਮ ਨੂੰ ਤੂੰ ਸਾਨੂੰ ਕੁੜੀ ਦੇ ਨੀ? ਓਏ ਓਏ ਬਕਵਾਸ ਨਾ ਕਰ, ਪਹਿਲਾਂ ਲੋਕਾਂ ਦੀਆਂ ਘੰਟੀਆਂ ਵਜਾਉਂਦੇ ਹੋ ਤੇ ਉੱਤੋਂ ਉਹਨਾਂ ਨੂੰ ਗਾਲਾਂ ਕੱਢਦੇ ਹੋ? ਰਿਲੈਕਸ ਬ੍ਰਦਰ, ਰਿਲੈਕਸ ਬ੍ਰਦਰ, ਕੂਲ ਰਹਿਣਾ ਹੈਗਾ, ਐਂਗਰ ਕਰਨਾ ਨਹੀਂ ਮੰਗਦਾ। ਅਸੈਂਟ ਫੌਜਾ ਸਿੰਘ। ਓ ਸ਼ੈਂਟੀ, ਤੇਰੀ ਅੰਗਰੇਜ਼ੀ ਤੇ ਖਾਨੇ ਨਹੀਂ ਪੈਣੀ। ਉਹ ਰਾਮੂ ਆਈ ਮੀਨ ਸ਼ੈਰੀ, ਚੱਕ ਸਾਲੇ ਕੱਪੜੇ ਸਕਾਉਣ ਵਾਲੇ ਯੰਤਰ ਨੂੰ। ਚਲੋ ਕੌਣ ਬਦਤਮੀਜ਼ ਹੈ ਜਿਹਨੇ ਸਾਡੀ ਜੂਹ ਦੇ ਵਿੱਚ ਆਉਣ ਦੀ ਗੁਸਤਾਖੀ ਕੀਤੀ ਹੈ? ਕੋਈ ਸ਼ੱਕ
ਪਾਜੀ ਤੁਹਾਡੇ ਬਾਰੇ ਗੱਲ ਕਰ ਰਹੀ ਹੈ ਜੀ। ਪਾਜੀ ਅਸੀਂ ਕੋਈ ਇੱਥੇ ਕੁਸਪੈਟ ਕਰਨੀ ਆਏ, ਬਲਕਿ ਬਹੁਤ ਦੂਰੋਂ ਆਏ। ਅਸੀਂ ਉੱਤਰਕਾਸ਼ੀ ਤੋਂ ਆਏ ਹੈਗੇ। ਉੱਤਰਕਾਸ਼ੀ? ਇਹਨਾਂ ਦੇ ਕਹਿਣ ਦਾ ਮਤਲਬ ਯੂਕੇ, ਇੰਗਲੈਂਡ, ਬਰਤਾਨੀਆ, ਵਲੈਤ। ਯੂਕੇ ਤੋਂ ਇੱਥੇ ਮੇਰੇ ਕੋਲ ਕੀ ਮੂਲੀਆ ਪੱਟਣ ਆਏ? ਕੋਈ ਸ਼ੱਕ? ਨਹੀਂ, ਅਸਾਂ ਨੂੰ ਕਦਾ ਸ਼ੱਕ ਹੋਣਾ ਜੀ। ਸ਼ੱਕ ਤੇ ਤੁਸਾਂ ਨੂੰ ਹੋਣਾ ਚਾਹੀਦਾ। ਤੁਸੀਂ ਆਪਣਾ ਸ਼ੱਕ ਕੱਢੋ, ਤੁਸੀਂ ਆਪਣੀ ਲੜਕੀ ਦੇਣੀ ਹੈ। ਸ਼ੀਸ਼ਾ ਤੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਆਏ ਥੋੜਾ ਜਿਹਾ ਜ਼ਹਿਨ ਤੇ ਵਜ਼ਨ ਪਾਓ। ਅਖਬਾਰ, ਰਿਸ਼ਤਾ, ਅਖਬਾਰ ਚ ਰਿਸ਼ਤਾ, ਐਡਵਰਟਾਈਜ਼ਮੈਂਟ। ਤੁਹਾਡੀ ਕੁੜੀ ਕੁੜੀ ਦੀ ਗੱਲ ਕਰਨੀ, ਮਤਲਬ ਤੁਸਾਂ ਦੀ ਲੜਕੀ ਨੇ ਤੁਸਾਂ ਦੇ ਰਿਸ਼ਤੇ ਬਾਰੇ ਨਿਊਜ਼ ਪੇਪਰ ਦਿੱਤਾ ਸੀ ਨਾ, ਤੁਸਾਂ ਦੇ ਰਿਸ਼ਤੇ ਬਾਰੇ? ਓ ਮੂਰਖੋ, ਮੈਂ ਆਪਣੇ ਰਿਸ਼ਤੇ ਬਾਰੇ ਨਹੀਂ ਦਿੱਤਾ ਸੀ, ਮੈਂ ਆਪਣੀ ਬੇਟੀ ਦੇ ਰਿਸ਼ਤੇ ਬਾਰੇ ਦਿੱਤਾ ਸੀ ਇਹ ਇਸ਼ਤਿਹਾਰ। ਹਾਂਜੀ ਹਾਂਜੀ ਹਾਂਜੀ, ਉਸ ਬਾਰੇ ਅਸੀਂ ਯੂਕੇ ਤੋਂ ਆਏ ਹਾਂ। ਅੱਛਾ ਅੱਛਾ ਅੱਛਾ, ਤੇ ਤੁਸੀਂ NRI ਹੋ? ਹਾਂਜੀ 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 ਹਾਂਜੀ। ਸਾਰੇ NRI ਕੀ ਹੁੰਦਾ? NRI ਹੁੰਦਾ ਨਹੀਂ ਰਹਿੰਦੇ ਇੰਡੀਆ। ਉਹ ਸੁਨੱਖਿਆ, ਹਾਂਜੀ ਸਰ, ਆ ਫੜ ਬੰਦੂਕ, ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਿਆ ਕਰ। ਠੀਕ ਹੈ ਜੀ। ਅੱਛਾ ਚਲੋ ਆਓ, ਬੈਠੋ ਬੈਠੋ ਬੈਠੋ। ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂ ਬਈ, ਤੁਹਾਡੀ ਤਾਰੀਫ਼। ਵੈਸੇ ਤਾਂ ਜੀ ਜਿੰਨੀ ਕਰ ਲਓ ਓਨੀ ਹੈ ਥੋੜ੍ਹੀ ਆ, ਅਦਰਵਾਈਜ਼ ਮੈਨੂੰ ਸਰਦਾਰ ਕਿਰਪਾਲ ਸਿੰਘ ਕਿਲਿਆਂ ਵਾਲੀ ਕਹਿੰਦੇ ਨੇ। ਤੇ ਇਹ ਨੇ ਮੇਰੇ ਭਤੀਜਾ ਜੀ, ਮਿਸਟਰ ਸ਼ੈਂਟੀ ਐਸ। ਹਾਂ ਸ਼ੈਂਟੀ ਬੇਟਾ, ਤੁਸੀਂ ਕੀ ਕੰਮ ਕਰਦੇ ਹੋ? ਦਰਅਸਲ ਭਰਾ ਜੀ, ਗੱਲ ਇਹ ਹੈਗੀ ਜੀ ਕਿ ਅਸਾਂ ਦਾ ਬਿਜ਼ਨਸ ਹੈਗਾ ਬਹੁਤ ਵੱਡਾ, ਸਾਨੇਵਾਲ ਦੇ ਵਿੱਚ, ਕੋਲੀ ਦਾ ਟਾ। ਸਾਨੇਵਾਲ ਚ? ਇਹਦਾ ਦਾ ਮਤਲਬ ਹੈ ਜੀ ਸਾਊਥ ਹਾਲ, ਕਿਉਂਕਿ ਸਾਡੇ ਇੰਗਲੈਂਡ ਦੇ ਵਿੱਚ ਇੱਕ ਬੜੀ ਵੱਡੀ ਕਹਾਵਤ ਮਸ਼ਹੂਰ ਹੈ ਕਿ ਜੇ ਇੰਗਲੈਂਡ ਆ ਕੇ ਸਾਊਥ ਹਾਲ ਹੀ ਰਹਿਣਾ ਤਾਂ ਸਾਹਮਣੇ ਵਾਲਾ ਮਾੜਾ। ਅੱਛਾ, ਇਸ ਕਰਕੇ ਸਾਹਮਣੇ ਵਾਲ ਕਹਿ ਰਿਹਾ ਸੀ। ਐਕਚੁਅਲੀ ਸਾਊਥ ਹਾਲ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਹੋਟਲ ਹੈ ਤੇ ਇੰਗਲੈਂਡ ਦੇ ਵਿੱਚ ਇੱਕ ਬਹੁਤ ਵੱਡੇ ਇਹ ਸਿੰਗਰ ਵੀ ਨੇ। ਵੈਰੀ ਫਨੀ, ਸੋ ਫਨੀ। ਹਾਂ ਬਈ, ਆ ਨਜ਼ਰ ਬੱਟੂ। ਮੈਂ ਤਾਂ ਸੀਰੀ ਆ ਗਈ ਜੀ। ਸੀਰੀ? ਇਸ ਦਾ ਮਤਲਬ ਹੈਗਾ ਜੀ ਅਸਾਂ ਦਾ ਫਰੈਂਡ ਹੈਗਾ, ਫਰੈਂਡ ਬਹੁਤ ਹੀ ਵੱਡਾ ਰੌਕ ਸਟਾਰ ਹੈ ਯੂਕੇ। ਸ਼ੈਰੀ ਸ਼ੈਰੀ ਸ਼ੈਰੀ, ਹਾਂਜੀ ਹਾਂਜੀ, ਯੂਕੇ ਵਿੱਚ ਮੈਨੂੰ ਸ਼ੈਰੀ ਬਾਂਸ ਕਹਿੰਦੇ ਹੈਗੇ। ਅੱਛਾ ਤੁਸੀਂ ਬੈਠੋ, ਔਰ ਮੈਂ ਹੁਣੇ ਆਇਆ। ਬੇਟਾ ਸੁਨਹਿਰੀ, ਪ੍ਰਾਹੁਣਿਆਂ ਨੂੰ ਚਾਹ ਪਾਣੀ ਪਿਆਓ ਬਈ। ਸਾਲਾ ਬਾਂਦਰ ਗਿਆ, ਪਸਾਤੇ ਸੀ, ਬਣ ਤਾਂ ਗਿਆ ਕੰਮ, ਬਣ ਗਿਆ ਬਣ ਗਿਆ। ਗੜੀ ਸਾਈਡ ਤੇ ਲਾ। ਸੋ ਮੇਰੇ ਪਿਆਰੇ ਰਾਬ ਵਰਗੇ ਸਰੋਤਿਓ, ਬੜਾ ਖੁਸ਼ੀ ਦੇ ਮੌਕੇ ਕਿ ਅੱਜ ਆਪਾਂ ਇਕੱਠੇ ਹੋਇਆ। ਆਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਮਾਫ਼ੀ ਚਾਹਾਂਗਾ ਕਿ ਕੋਟਕਪੂਰੇ ਦਾ ਫਾਟਕ ਬੰਦ ਹੋਣ ਕਰਕੇ ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ ਹਾਂ। ਸੋ ਆਓ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਲਈਏ ਉਸ ਰੱਬ ਦਾ ਨਾਂ। ਉਹ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ। ਭਾਈ ਸਾਹਿਬ ਤੁਸੀਂ ਬਹਿ ਜਾਓ, ਤੁਹਾਡੀ ਫਰਮਾਇਸ਼ ਵੀ ਪੂਰੀ ਕੀਤੀ ਜਾਊਗੀ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਜਾਜ਼ਤ ਦਿਓ, ਫਿਰ ਕਿਤੇ ਮਿਲਾਂਗੇ। ਜਾ ਭਰਾਵਾ ਤੂੰ, ਲੱਕ ਹਿਲੇ ਮਜਾ ਜਣ। ਹਾਏ, ਚਲੋ ਜੀ, ਮੇਰਾ ਨਾਮ ਸੁਨਹਿਰੀ ਹੈ ਜੀ। ਕਿੰਨਾ ਸੋਹਣਾ ਕੁੜੀ ਹੈ ਯਾਰ। ਬਹੁਤ ਅੱਛਾ ਨਾਮ ਹੈ, ਬਹੁਤ ਅੱਛਾ ਨਾਮ ਹੈ। ਲਓ ਜੀ ਚਾਹ ਪੀਓ, ਮੇਰਾ ਨਾਮ ਸੁਨਹਿਰੀ ਹੈ ਜੀ। ਤੁਹਾਡੀ ਕੀ ਨਾਮ ਹੈਗੀ ਜੀ? ਜੀ ਮੇਰਾ ਨਾਮ ਸੁਨਹਿਰੀ ਹੈ। ਸੁਨਹਿਰੀ? ਹਾਏ ਸੁਨਹਿਰੀ ਸੁਨਹਿਰੀ। ਓਏ ਓਏ ਗੋਲਡਨ ਬਰਾਊਨ, ਓ ਚਾਹ ਉੱਤੇ ਡੋਲਣੀਆਂ, ਬੰਦੇ ਦਾ ਪੁੱਤ ਬਣ ਕੇ ਬਹਿ ਜਾ। ਵੀਰ ਜੀ ਕੀ ਗੱਲਾਂ ਕਰਦਾ ਪਿਆ, ਦੇਖੋ ਮਰਵਾ ਛੱਡੇਗਾ ਕਿਸੇ ਨੂੰ, ਤੁਸਾਂ ਦੱਸਾਂ ਮੈਂ, ਬੰਦਾ ਬਣ ਕੇ ਬਹਿ ਜਾ। ਚੰਗਾ ਲੱਗਦਾ ਯਾਰ? ਹਾਂ ਇਹ ਹੈ ਜੀ ਮੇਰੀ ਬੇਟੀ ਮਨੀ। ਮਨੀ ਬੇਟੇ, ਇਹ ਨੇ ਸਰਦਾਰ ਕਿਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਇਹ ਨੇ ਇਹਨਾਂ ਦੇ ਭਤੀਜਾ ਸਾਹਿਬ ਮਿਸਟਰ ਸ਼ੈਂਟੀ। ਸਤਿ ਸ਼੍ਰੀ ਅਕਾਲ। ਅਸਾਂ ਦੀ ਵੀ ਸਤਿ ਸ਼੍ਰੀ ਅਕਾਲ ਹੈਗੀ ਜੀ। ਤੇ ਇਹ ਨੇ ਇਹਨਾਂ ਦੇ ਦੋਸਤ ਮਿਸਟਰ ਸ਼ੈਰੀ। ਸ਼ੈਰੀ, ਸਤਿ ਸ਼੍ਰੀ ਅਕਾਲ।
ਇਸ ਤਰ੍ਹਾਂ ਕਰੋ ਮਨੀ ਬੇਟੇ, ਤੁਸੀਂ ਮਿਸਟਰ ਸ਼ੈਂਟੀ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ। ਆਓ ਸਰਦਾਰ ਕਿਰਪਾਲ ਸਿੰਘ ਜੀ, ਮੈਂ ਤੁਹਾਨੂੰ ਕੋਠੀ ਦਾ ਗੇੜਾ ਲਵਾਉਣਾ। ਆਓ ਜੀ। ਚਾਚਾ ਜੀ, ਗੋ ਗੋ ਐਂਡ ਗੋ। ਸਾਲਾ ਚਾਚੇ ਦਾ ਬਾਂਦਰ ਕੋਲ ਅਦਰਕ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਬਾਏ ਚਾਚਾ ਜੀ, ਸਾਰਾ ਘਰ ਦੇਖ ਕੇ ਆਣਾ। ਤੁਸੀਂ ਤੇ ਕੁੜੀਆਂ ਹੀ ਤਰ੍ਹਾਂ ਸ਼ਰਮਾਉਂਦੇ ਪਾਏ ਹੋ। ਜੀ ਮੈਂ ਕੁੜੀ ਤਾਂ, ਅਸਾਂ ਦਾ ਮਤਲਬ ਅਸਾਂ ਦਾ ਇੱਕ ਦੋਸਤ ਹੈ ਗੋਲੂ, ਫਰੈਂਡ, ਲੜਕੀਆਂ ਦੀ ਤਰ੍ਹਾਂ ਹੱਸਦਾ। ਮੈਂ ਉਹਨੂੰ ਕਹਿੰਦਾ ਤੇਰੀ ਸਮਾਈਲ ਲੜਕੀਆਂ ਦੀ ਤਰ੍ਹਾਂ, ਤੁਹਾਡੀ ਸਮਾਈਲ ਵੀ ਬਿਲਕੁਲ ਸੇਮ ਟੂ ਸੇਮ ਉਸੇ ਤਰ੍ਹਾਂ ਦੀ ਹੈ। ਜੀ ਡੈਡੀ ਜੀ ਨੇ ਦੱਸਿਆ ਸੀ ਕਿ ਤੁਸੀਂ ਯੂਕੇ ਦੇ ਵਿੱਚ ਬਹੁਤ ਅੱਛੇ ਪੌਪ ਸਿੰਗਰ ਹੋ। ਮਰਵਾਤਾ ਕੇਕਰ ਸਿੰਘ ਜੀ, ਕੁਝ ਗਾ ਕੇ ਸੁਣਾਓ ਨਾ। ਅੱਜ ਮੇਰਾ ਗਲਾ ਖਰਾਬ ਹੈ ਕੁਝ ਤੇ। ਪਲੀਜ਼ ਥੋੜਾ ਜਿਹਾ। ਇੰਨੇ ਪਿਆਰ ਨਾਲ ਕਹਿੰਦੇ ਹੋ ਤੇ ਸੁਣਾਉਣਾ ਹੀ ਪਏਗਾ ਨਾ। ਇੰਨੇ ਪਿਆਰ ਨਾਲ ਤੇ ਅਸਾਂ ਦੀ ਜਾਈ ਨੇ ਕਦੇ ਨੀ ਕਿਹਾ ਅਸਾਂ ਨੂੰ। ਕੋਸ਼ਿਸ਼ ਕਰਾਂਗਾ ਸੁਰ ਲਗਾਉਣ ਦੀ। ਪਹਿਲਾ ਕੰਮਦਾਰ ਜੀ ਦਾ ਗਾਹਕ ਟੰਗਣਾ, ਦੂਜਾ ਕੰਮਦਾਰ ਜੀ ਦਾ ਮਾਫ਼ੀ ਮੰਗਣਾ। ਪਹਿਲਾ ਕੰਮਦਾਰ ਜੀ ਦਾ ਗਾਹਕ ਟੰਗਣਾ, ਦੂਜਾ ਕੰਮ ਛਾਈ ਕੋਲੋਂ ਮਾਫ਼ੀ ਮੰਗਣਾ, ਤੀਜਾ ਕੰਮ ਖਾਣੀ ਚਾਰਿਆਂ ਨੇ ਦੀ ਦਈ ਤੇ ਚਾੜਨੀ ਸਾਨੂੰ ਫੈਂਟੀ ਕਿਤੇ ਵਸਿਆਂ, ਫਸਿਆਂ ਤੁਸਾਂ ਦਾ ਸ਼ੈਂਟੀ ਕਿਤੇ ਵਸਿਆਂ, ਦਾਰ ਜੀ ਤੁਸਾਂ ਦਾ ਸ਼ੈਂਟੀ ਕਿਤੇ ਵਸਿਆਂ। ਕਿਕਰ ਸਿੰਘ ਜੀ, ਇਹ ਕਿਕਰ ਸਿੰਘ ਕੌਣ ਹੈ? ਜੀ ਅਸਾਂ ਦੇ ਸਾਹਨੇਵਾਲ ਦਾ ਸਾਊਥ ਹਾਲ ਦਾ ਰਾਈਟਰ ਹੈ। ਅਸਾਂ ਦਾ ਰਿਵਾਜ ਹੈ ਕਿ ਸਾਊਥ ਹਾਲ ਵਿੱਚ ਜੋ ਲਿਖਦਾ ਹੈ ਨਾ ਉਸਦਾ ਨਾਂ ਦੇਣਾ ਹੀ ਪੈਂਦਾ ਹੈ। ਇਹ ਕਿਕਰ ਸਿੰਘ ਨੇ ਗੀਤ ਲਿਖਿਆ, ਤੁਹਾਨੂੰ ਕਿੱਦਾਂ ਲੱਗਿਆ? ਜੀ ਬਹੁਤ ਵਧੀਆ ਲੱਗਿਆ। ਵਧੀਆ ਲੱਗਿਆ? ਤੁਸੀਂ ਬਹੁਤ ਹੀ ਸੋਹਣਾ ਗਾਉਂਦੇ ਹੋ ਜੀ। ਟੱਚ ਵੁੱਡ। ਹਾਂਜੀ। ਆ ਜੀ, ਮਾਰੀ ਸੁੱਟਿਆ ਸ਼ੈਂਟੀ ਨੂੰ ਤੁਸਾਂ ਨੇ। ਸਰਦਾਰ ਕਿਰਪਾਲ ਸਿੰਘ ਜੀ, ਤੁਹਾਨੂੰ ਮਕਾਨ ਕਿੱਦਾਂ ਦਾ ਲੱਗਿਆ? ਕੋਈ ਸ਼ੱਕ? ਮਕਾਨ ਤਾਂ ਫੌਜਾ ਸਿੰਘ ਜੀ ਤੁਹਾਡਾ ਬਿਨਾਂ ਸ਼ੱਕ ਲਾਜਵਾਬ ਆ। ਵਾਕਿਆ ਬਹੁਤ ਪਸੰਦ ਆਇਆ ਸਾਨੂੰ ਇਹ ਘਰ। ਚਾਚਾ ਜੀ, ਤੋਂ ਸਾਨੂੰ ਘਰ ਪਸੰਦ ਆਇਆ ਹੈ, ਅਸਾਂ ਨੂੰ ਮਨੀ ਪਸੰਦ ਹੈ, ਤੇ ਮੈਨੂੰ ਸ਼ੈਂਟੀ ਜੀ ਵੀ ਬੜੇ ਪਸੰਦ ਹੈ। ਲਓ ਜੀ, ਫੇਰ ਤਾਂ ਉਹ ਗੱਲ ਹੋ ਗਈ ਭਈ ਮੁੰਡਾ ਕੁੜੀ ਰਾਜ਼ੀ ਤੇ ਕੀ ਕਰੂਗਾ ਕਾਜ਼ੀ। ਤੇ ਸਾਨੂੰ ਹੁਣ ਫੌਜਾ ਸਿੰਘ ਜੀ ਆਗਿਆ ਦਿਓ, ਅਸੀਂ ਆਪਣੇ ਹੋਟਲ ਪਹੁੰਚੀਏ। ਕੀ ਗੱਲ ਕਰਦੇ ਹੋ, ਕਮਾਲ ਕਰਤੀ, ਐਡਾ ਵੱਡਾ ਮਕਾਨ ਕਿਰਪਾਲ ਸਿੰਘ ਜੀ, ਤੁਹਾਨੂੰ ਇੱਥੇ ਹੀ ਰਹਿਣਾ ਪੈਣਾ। ਇਨਕਾਰ ਨਹੀਂ ਕਰਨਾ ਚਾਚਾ ਜੀ, ਹੁਣ ਹੀ ਇਨਕਾਰ ਕਰਨਾ। ਸਾਲੇ ਕੋਈ ਅਕਲ ਤੋਂ ਕੰਮ ਲੈ ਬੇਵਕੂਫ। ਕੋਈ ਨਹੀਂ ਹੈਗਾ ਹੁਣ ਇਹ ਸਾਲੇ, ਇੱਥੇ ਕੋਈ ਨਵਾਂ ਹੀ ਸਿਆਪਾ ਖੜਾ ਕਰ ਲਈਏ। ਚਲੋ ਫਿਰ ਮੈਂ ਤੁਹਾਡੇ ਕਮਰਿਆਂ ਦਾ ਬੰਦੋਬਸਤ ਕਰਦਾ ਰਹਿਣ ਦਾ। ਜੀ ਬਿਲਕੁਲ ਸਦਕੇ ਜੀ। ਹੈਲੋ, ਕੰਮ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਸੋਹਣਿਆ? ਪਰੇਸ਼ਾਨੀ? ਓਏ ਅਸੀਂ ਤਾਂ ਸਾਰੇ ਹੁਣ ਫੌਜੀ ਦੇ ਘਰੇ ਹੀ ਸੈੱਟ ਹੋ ਗਏ ਆ। ਫੌਜੀ ਬਾਰੇ ਤੇ ਫੌਜੀ ਦੇ ਕਾਰੋਬਾਰ ਬਾਰੇ ਪੂਰੀ ਤਰ੍ਹਾਂ ਛਾਣਬੀਣ ਕੀਤੀ ਜਾ ਰਹੀ ਆ। ਉਮੀਦ ਆ ਤੇਰਾ ਕੰਮ ਕੱਲ ਤੱਕ ਚਾਰਾਂ ਨੇ ਹੋ ਜਾਏਗਾ। ਗੁੱਡ, ਵੈਰੀ ਗੁੱਡ, ਬਹੁਤ ਵਧੀਆ। ਓਕੇ। ਓ ਸ਼ੰਟੂ, ਕੀ ਹੈ? ਹੁਣ ਕਿਤੇ ਆਸ਼ਕੀ ਚ ਨਾ ਖੋਬਿਆ ਰਹੀ, ਹੁਣ ਤੈਨੂੰ ਪਤਾ ਅਸੀਂ ਇੱਥੇ ਕੀ ਕੰਮ ਆਏ ਹੋਏ ਆ? ਬਿਲਕੁਲ ਪਤਾ, ਮੈਨੂੰ ਲੁਦਾ ਪੱਠਾ ਸਮਝਿਆ ਤੁਸਾਂ ਨੇ, ਮੈਨੂੰ ਸਭ ਪਤਾ। ਫੌਜੀ ਨੂੰ ਨੂੜ ਕੇ ਮਨੀ ਨੂੰ ਚੁੱਕ ਕੇ ਦਾਰਜੀ ਕੋਲ ਲੈ ਕੇ ਜਾਣਾ। ਦੁਰ ਫਟੇ ਮੂੰਹ ਤੇਰੇ। ਓ ਕਿਕਰ ਸਿੰਘ, ਸ਼ੈਂਟੀ, ਮੈਂ ਫੌਜੀ ਬਾਰੇ ਸਾਰਾ ਕੁਝ ਪਤਾ ਕਰ ਰਹੀ ਹੈਗੀ। ਫੌਜੀ ਤੜਕੇ ਤੜਕੇ 5 ਵਜੇ ਸੈਰ ਕਰਨ ਜਾਂਦੀ ਹੈਗੀ, 6 ਵਜੇ ਐਕਸਰਸਾਈਜ਼ ਕਰਦੀ ਹੈਗੀ ਤੇ 7 ਵਜੇ ਫੇਰ ਆਰਾਮ ਕਰਦੀ ਹੈਗੀ। ਫੌਜੀ ਜੇ ਕੱਲ ਮਿਸ ਕਰ ਗਿਆ ਫਿਰ? ਓਏ ਕਮਲਿਆ, ਫੌਜੀ ਡਿਸਪਲਿਨ ਦੇ ਪੱਕੇ ਹੁੰਦੇ ਆ, ਭਾਵੇਂ ਸਾਰਾ ਦਿਨ ਮੀਂਹ ਦੀ ਝੜੀ ਲੱਗੀ ਰਹੇ ਪਰ ਫੌਜੀ 6-7 ਪਾਣੀ ਛਿੜਕਦੇ ਛਿੜਕਦੇ। 1, 2, 3, ਗੁੱਡ ਮਾਰਨਿੰਗ ਫੌਜਾ ਸਿੰਘ ਜੀ। ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਤੁਹਾਨੂੰ ਵੀ ਸ਼ੌਕ ਹੈ ਐਕਸਰਸਾਈਜ਼ ਦਾ? ਸ਼ੌਕ ਤੇ ਬੜੇ ਨੇ ਫੌਜਾ ਸਿੰਘ ਜੀ, ਪਰ ਉਹਨਾਂ ਨੂੰ ਪੂਰਾ ਕਰਨ ਲਈ ਨਹੀਂ ਸਮਾਂ ਹੈ ਮੇਰੇ ਕੋਲ। ਖੈਰ, ਇਹ ਦੱਸੋ, ਤੁਸੀਂ ਕਦੇ ਅੱਖਾਂ ਬੰਦ ਕਰਕੇ ਲੰਮਾ ਸਾਹ ਖਿੱਚਣ ਵਾਲੀ ਐਕਸਰਸਾਈਜ਼ ਕੀਤੀ ਆ? ਮੈਂ ਤਾਂ ਕਿਰਪਾਲ ਸਿੰਘ ਜੀ ਅਕਸਰ ਸਾਹ ਲੰਮਾ ਲੈਂਦਾ ਰਹਿੰਦਾ, ਛੱਡਦਾ ਰਹਿੰਦਾ। ਬਸ ਇੱਥੇ ਹੀ ਤਾਂ ਮਾਰ ਖਾਂਦੇ ਹੋ, ਉਹ ਲੰਮਾ ਸਾਹ ਲੈਣਾ, ਛੱਡਣਾ ਨਹੀਂ। ਤੇ ਫਿਰ ਛੱਡਣਾ ਕਦੋਂ? ਜਦੋਂ ਮੈਂ ਦੱਸਾਂਗਾ। ਇਸ ਦੇ ਨਾਲ ਕੁਝ ਫਾਇਦਾ ਹੋਊ? ਕਿਸੇ ਨੂੰ ਤਾਂ ਹੋਊਗਾ ਜੀ। ਆ ਜਿਹੜਾ ਮੂੰਹ ਚ ਗੁਣਗੁਣ ਕੀਤਾ, ਇਹ ਵੀ ਕਰਨਾ ਪੈਣਾ? ਨਹੀਂ ਨਹੀਂ, ਇਹ ਤੁਹਾਨੂੰ ਕਰਨ ਦੀ ਲੋੜ ਨਹੀਂ, ਮੈਂ ਤੁਹਾਡੀ ਰਿਹਰਸਲ ਕਰਾਉਣਾ। ਤੁਸੀਂ ਸਾਹਮਣੇ ਵੇਖੋ, ਹੱਥ ਥੱਲੇ ਕਰੋ,
ਅੱਖਾਂ ਬੰਦ ਕਰੋ, ਲੰਮਾ ਸਾਹ ਲਾਓ, ਖਿੱਚੋ, ਰੋਕੀ ਰੱਖੋ। ਜਦ ਤੱਕ ਮੈਂ ਨਹੀਂ ਕਹਿੰਦਾ ਰੋਕੀ ਰੱਖੋ, ਹੁਣ ਸਾਹ ਛੱਡੋ 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 ਛੱਡੋ, ਲੰਮਾ ਸਾਹ ਖਿੱਚੋ। ਚਾਦਰ ਲਪੇਟਾ ਸਰ, ਮੈਨੂੰ ਇਹਦਾ ਵਿੱਚ ਲਪੇਟ ਲਿਓ। ਫਾਦਰ ਲਾ ਨੂੰ ਕੁਝ ਹੋਏਗਾ ਤੇ ਨਹੀਂ? ਬਹਿ ਜਾ ਵੱਡਾ ਜਵਾਈ ਰਾਜਾ। ਚੁੱਕੋ, ਧਿਆਨ ਨਾਲ ਚੁੱਕਣਾ, ਫਾਦਰ ਲਾ ਨੂੰ ਕੁਝ ਹੋ ਨਾ ਜਾਏ। ਬੜੀ ਬੁਰੀ ਤਰ੍ਹਾਂ ਦੇ ਨਾਲ ਅਸੀਂ ਤਿੰਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਪਕੜਿਆ ਇਹਨੂੰ, ਨੂਰ ਕੇ ਲੈ ਕੇ ਚੱਲਿਆ ਸੁੱਟਣ ਦੇ ਲਈ। ਸਾਲਾ ਨਿਵਲਾ ਜਿਹਾ ਗੰਡੋਆ ਕਦੇ ਦੇਖਿਆ ਨੀ, ਅਜਗਰ ਦੇਖਣ ਨੂੰ ਫਿਰਦਾ। ਪਹਿਲਾਂ ਗੰਡੋਆ ਦੇਖੀਦਾ, ਫਿਰ ਸੱਪ ਦੇਖੀਦਾ, ਫਿਰ ਅਜਗਰ ਦੇਖੀਦਾ, ਸਟੈਪ ਬਾਈ ਸਟੈਪ ਚੀਜ਼ਾਂ ਦੇਖਦੀਆਂ। ਚੱਕੋ ਚੱਕੋ ਸ਼ਾਬਾਸ਼ ਸ਼ਾਬਾਸ਼। ਓਏ ਤਾਂ ਸਾਡੇ ਸਰਦਾਰ ਜੀ ਨੇ, ਉਹ ਤੁਸੀਂ ਤਾਂ ਕਿਤੇ ਅਜਗਰ ਹੈ। ਕੇਸ ਰਾਮਜਾਦੇ ਨੇ ਕਿਹਾ ਕਿ ਅਜਗਰ ਹੈ। ਤੂੰ ਕਿਹਾ? ਮੈਂ ਕਿਹਾ ਸੀ ਅਜਗਰ। ਅੱਜ ਅਗਰ ਅਸੀਂ ਮੌਕੇ ਤੇ ਨਾ ਜਾਂਦੇ ਤਾਂ ਤੇਰੇ ਅਫਸਰ ਨੇ, ਤੇਰੇ ਸਾਹਿਬ ਨੇ, ਫੌਜੀ ਨੇ ਮਰ ਜਾਣਾ ਸੀ। ਦਰਦ ਨਾਲ ਮੇਲਦੇ ਫਿਰਦੇ ਸਨ, ਅਸੀਂ ਉੱਪਰ ਦੀ ਆ ਗਏ ਕਿ ਚਲੋ ਡਾਕਟਰ ਕੋਲ ਲੈ ਚਲਦੇ ਆ, ਇਲਾਜ ਲਈ ਲੈ ਕੇ ਚੱਲੇ ਸਨ। ਤੇ ਤੁਸੀਂ ਉਹਨੂੰ ਬੰਦਿਆਂ ਵਾਂਗੂ ਲੈ ਕੇ ਚੱਲੋ, ਪਸ਼ੂਆਂ ਵਾਂਗੂ ਨੂੜਕੇ ਕੋਲ ਲੈ ਕੇ ਚੱਲੇ। ਸਾਰੇ ਚੁੱਕੋ ਨੂੰ, ਸਾਰੇ ਯੂਕੇ ਦੇ ਵਿੱਚ ਐਦਾਂ ਹੀ ਐਮਰਜੈਂਸੀ ਕੇਸ ਲੈ ਕੇ ਜਾਂਦੇ ਹੈਗੇ। ਤੂੰ ਚੁੱਪ ਕਰ, ਚੁੱਕੋ ਇਹਨਾਂ ਨੂੰ, ਡਾਕਟਰ ਘਰ ਆ ਕੇ ਇਹਨਾਂ ਦਾ ਚੈੱਕਅਪ ਕਰੇਗਾ। ਚੁੱਕੋ, ਚਲੋ ਚਲੋ, ਚੱਕ ਲਓ ਯਾਰ। ਠਹਿਰੋ ਠਹਿਰੋ ਠਹਿਰੋ, ਮੂਹਰੇ ਕਾਨੂੰਨ ਮੈਨੂੰ ਰੱਖਣਾ ਪੈਣਾ। ਖਵਾ ਛੱਡੋ ਨਾ, ਖਾ ਨਾ ਲਿਓ ਜੀ। ਕਿਉਂ ਜੀ? ਨਕਲੀ ਨੇ, ਨਕਲੀ ਨੇ। ਤੁਸਾਂ ਨੇ ਵੀ ਦਾਰਜੀ ਵਾਲੀ ਗੱਲ ਕਰ ਛੱਡੀ ਹੈ। ਅਸਾਂ ਦੇ ਦਾਰਜੀ ਦਾ ਵੀ ਇਸੇ ਤਰ੍ਹਾਂ ਦਾ ਸੁਭਾਅ ਹੈ, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਅਸਾਂ ਦੇ ਦਾਰਜੀ ਮੂੰਗੀ ਦੀ ਦਾਲ ਦੇ ਵਿੱਚ ਨਕਲੀ ਹੱਡੀ ਪਾ ਛੱਡਦੇ ਨੇ ਤੇ ਕਹਿ ਛੱਡਦੇ ਨੇ ਦਾਲ ਚਿਕਨ ਖਾ ਰਿਹਾ। ਕੀਤੇ ਸਰ ਨਾ ਜਾਵੇ, ਲਿਓ ਮੈਂ ਸੂਟ ਦਿੰਦੀ ਹੈਗੀ। ਤੁਸੀਂ ਤਾਂ ਕਿੰਨੇ ਚੰਗੇ, ਮਰ ਜਾਵੋ ਗੁਰ ਖਾ ਕੇ। ਤੁਹਾਡਾ ਥੈਂਕ ਯੂ ਕਹਿਣਾ ਸੀ। ਥੈਂਕ ਯੂ? ਹਾਂਜੀ। ਕਾਹਦੇ ਲਈ? ਤੁਸੀਂ ਮੇਰੇ ਡੈਡੀ ਜੀ ਦੀ ਜਾਨ ਬਚਾਈ। ਓਹੋ, ਉਹਦੇ ਲਈ ਥੈਂਕ ਯੂ ਕਾਹਦਾ ਜੀ? ਜੇ ਉਦੋਂ ਤੁਸੀਂ ਨਾ ਹੁੰਦੇ ਤਾਂ ਪਤਾ ਨਹੀਂ ਡੈਡੀ ਜੀ ਦਾ ਕੀ ਹੋਣਾ ਸੀ। ਥੈਂਕ ਯੂ। ਓਹੋ ਮਨੀ ਜੀ, ਪਿਆਰ ਦੇ ਵਿੱਚ ਨਾ ਥੈਂਕ ਯੂ ਕਹੀਦਾ ਨਾ ਸੋਰੀ ਕਹੀਦੀ ਏ। ਹੁਣ ਤੁਸਾਂ ਦੇ ਦਾਰਜੀ ਤੇ ਅਸਾਂ ਦੇ ਦਾਰਜੀ ਹੀ ਕੀ ਗੱਲ ਏ ਨਾ। ਦਿਲ ਕਰੇ ਵੇਖਦੀ ਰਵਾਂ ਕਿੰਨੀ ਸੋਹਣਾ ਤੈਨੂੰ, ਉਹ ਕਿੰਨੀ ਸੋਹਣਾ ਤੈਨੂੰ। ਸੁਨਹਿਰੀ ਤੂੰ ਅੰਦਰ ਚੱਲ, ਮੈਂ ਬਰਤਾਂਦੀ ਹੈਗਾ। ਹੁਣ ਇਹ ਕੰਮ ਸ਼ੁਰੂ ਕਰ ਦਿੱਤਾ ਹੈ। ਜਨਮ ਜਨਮ ਕੀ ਸਾਥ ਹੈਗੀ, ਹੈਕ ਵਿੱਚ ਹੀ ਪਾਣਾ। ਕਿਉਂ, ਤੂੰ ਖਾਣੇ ਨਹੀਂ ਹੈਗੀ? ਜਨਮ ਜਨਮ ਦਾ ਸਾਥ ਹੈ ਨਾ, ਸਾਥ ਸਾਥ ਖਾਵਾਂਗੇ ਨਾ, ਪਿਆਰ ਨਿਭਾਵਾਂਗੇ ਨਾ। ਸਰਦਾਰ ਕਿਰਪਾਲ ਸਿੰਘ ਜੀ, ਤੁਹਾਡੀ ਐਕਸਰਸਾਈਜ਼ ਨੇ ਤਾਂ ਅੱਜ ਮੈਨੂੰ ਦਸਵਾਂ ਦਵਾਰ ਦਿਖਾ ਦਿੱਤਾ। ਓਏ ਫੌਜਾ ਸਿੰਘ ਜੀ, ਬੱਕਰੇ ਦੀ ਮਾਂ ਕਾਤਾ ਖੈਰ ਮਨਾਊ, ਕਦੇ ਫੇਰ ਦਿਖਾ ਦਿਆਂਗੇ, ਕੋਈ ਸ਼ੱਕ? ਵੈਰੀ ਫਨੀ, ਵੈਰੀ ਫਨੀ। ਅੱਛਾ ਸ਼ੈਂਟੀ ਬੇਟੇ, ਸ਼ਾਦੀ ਤੋਂ ਬਾਅਦ ਫਿਰ ਕਿੱਥੇ ਸੈਟਲ ਹੋਣ ਦਾ ਇਰਾਦਾ? ਹਾਜ਼ਰਿਨਲਾ ਸਾਹਿਬ, ਪਹਿਲੇ ਸੋਚਿਆ ਸੀ ਕਿ ਦਾਰਜੀ ਨਾਲ ਯੂਕੇ ਦੇ ਵਿੱਚ ਮਦਦ ਕਰਾਵਾਂਗਾ ਬਿਜ਼ਨਸ ਦੇ ਵਿੱਚ, ਪਰ ਹੁਣ ਸੋਚਿਆ ਕਿ ਤੁਸਾਂ ਦੀ ਕੰਪਨੀ ਐਫ ਸੀਰੀਜ਼ ਦੇ ਵਿੱਚ ਹੈਲਪ ਕਰਾਵਾਂਗਾ। ਇਧਰ ਮਾਰਕੀਟਿੰਗ ਮੈਂ ਖਾ ਲੈਣੀ ਹੈਗੀ। ਨਹੀਂ ਦੇਖੋ ਸ਼ੈਂਟੀ ਬੇਟਾ ਜੀ, ਇਸ ਬਿਜ਼ਨਸ ਵਿੱਚ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਪਾਇਰੇਸੀ ਦਾ ਇੰਨਾ ਬੋਲਬਾਲਾ ਕਿ ਸਾਡੇ ਮੁਲਕ ਦੀ ਮਿਊਜ਼ਿਕ ਇੰਡਸਟਰੀ ਹੁਣ ਮਰਨ ਕਿਨਾਰੇ ਹੋਈ ਪਈ ਹੈ। ਮਿਹਨਤਾਂ ਅਸੀਂ ਕਰਦੇ ਹਾਂ ਔਰ ਮੌਜਾਂ ਲੁੱਟਦੇ ਨੇ ਨਕਲੀ ਕੈਸਟਾਂ ਬਣਾਉਣ ਵਾਲੇ। ਯੂ ਮੀਨ ਸਟੂਪਰ ਫਾਰਰਸ? ਯੈਸ। ਹੈਲੋ ਸੀਡੀ, ਇੱਟਾਂ ਪੱਟ ਬੋਲਦਾ, ਅੱਜ ਕੰਮ ਕਿਉਂ ਨਹੀਂ ਹੋਇਆ ਸੋਹਣਿਆ? ਉਹਨਾਂ ਜੀ ਅੱਜ ਜ਼ਰੂਰੀ ਕੰਮ ਹੋ ਗਿਆ ਸੀ। ਜ਼ਰੂਰੀ ਕੰਮ ਵਾਲੀ ਅਰਜ਼ੀ ਬਾਅਦ ਚ, ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਹੋ ਕਿੱਥੇ?
ਕੀ ਦੱਸੀਏ, ਅਸੀਂ ਤਾਂ ਫੜੇ ਗਏ। ਕੀ? ਮੇਰਾ ਮਤਲਬ ਸੀ, ਪਰ ਬਚ ਗਏ, ਬਚ ਗਏ। ਫੌਜੀ ਕਿੱਥੇ ਹੈ? ਕੀ ਦੱਸੀਏ, ਅੱਖਾਂ ਸਾਹਮਣੇ ਆ ਜੀ। ਸਬਰ ਦਾ ਬਹੁਤਾ ਇਮਤਿਹਾਨ ਨਾ ਲੈ ਸੋਹਣਿਆ, ਸੀਡੀ ਨੂੰ ਬਹੁਤਾ ਇੰਤਜ਼ਾਰ ਕਰਨ ਦੀ ਆਦਤ ਨਹੀਂ। ਕਿਹਦਾ ਫੋਨ ਸੀ ਸਰਦਾਰ ਕਿਰਪਾਲ ਸਿੰਘ ਜੀ? ਆਪਣੇ ਸ਼ੈਂਟੀ ਸ਼ੈਂਟੀ ਦੇ ਦਾਰ ਜੀ ਦਾ, ਯੂਕੇ ਤੋਂ। ਤੇ ਮੇਰੇ ਨਾਲ ਗੱਲ ਕਰਵਾ ਦੇਣੀ ਸੀ ਉਹਨਾਂ ਨੇ। ਕੋਈ ਕੋਈ ਚਿੰਤਾ ਨਾ ਕਰੋ, ਸਬਰ ਕਰੋ, ਸਾਕਸ਼ਾਤ ਦਰਸ਼ਨ ਕਰਵਾਵਾਂਗੇ। ਸ਼ੈਰੀ ਸੁਨਹਿਰੀ, ਮੇਰੀ ਸਾਰੀ ਉਮਰ ਭਾਂਡੇ ਮਾਂਜਦੇ ਹੀ ਨਿਕਲ ਜਾਣੀ ਹੈ। ਬਸ ਥੋੜੇ ਦਿਨਾਂ ਦਾ ਗੱਲ ਰਹਿ ਗਿਆ ਸੁਨਹਿਰੀ, ਤੈਨੂੰ ਮੈਂ ਮਾਲਕ ਤੋਂ, ਮੇਰਾ ਮਤਲਬ ਨੌਕਰ ਤੋਂ ਮਾਲਕ ਬਣਾ ਦੇਣੀ ਹੈਗੀ, ਉੱਤਰਾਖੰਡਸ਼ੀਲ ਜਾ ਕੇ, ਮੇਰਾ ਮਤਲਬ ਯੂਕੇ ਲਿਜਾ ਕੇ। ਸੱਚੀ ਸ਼ੈਰੀ? ਹਾਂ ਸੁਨਹਿਰੀ। ਸ਼ੈਰੀ ਸੁਨਹਿਰੀ ਸ਼ੈਰੀ ਸੁਨਹਿਰੀ ਸ਼ੈਰੀ ਸੁਨਹਿਰੀ ਸੁਨਹਿਰੀ ਕਿਵੇਂ ਸਾਲੇ ਘੋੜੇ ਵੇਚ ਕੇ ਸੁੱਤੇ ਪਏ ਆ? ਉਠੋ ਸੁਨਹਿਰੀ, ਕੀ ਹੋਇਆ? ਮੈਨੂੰ ਪੁੱਛਦੇ ਹੋ ਕੀ ਹੋਇਆ? ਆਪਣੇ ਦਿਲ ਨੂੰ ਪੁੱਛ ਕੇ ਦੇਖੋ ਕੀ ਹੋਇਆ। ਦੁਪਹਿਰੇ ਥੋੜਾ ਗੰਦ ਪਾਇਆ ਡਾਇਨਿੰਗ ਟੇਬਲ ਤੇ ਤੁਸੀਂ? ਪਾਜੀ ਗੰਦ ਨੂੰ ਕਿਹੜੀ ਅਸੀਂ ਉੱਥੇ ਮੀਂਗਣਾ ਕਰ ਦਿੱਤੀ ਹੈਗੀ? ਇਹਦੇ ਨਾਲੋਂ ਮੀਂਗਣਾ ਕਰ ਦਿੰਦੇ, ਉਹ ਹਜ਼ਾਰ ਦਰਜੇ ਚੰਗੀਆਂ ਸੀ। ਆਸ਼ਕੀ ਦੇ ਵਿੱਚ ਇਹ ਵੀ ਭੁੱਲ ਗਏ ਸੀ ਇੱਥੇ ਕੀ ਕੰਮ ਆਇਆ, ਸਾਰੀ ਪੋਲ ਖੋਲ ਕੇ ਰੱਖ ਦੇਣੀ ਸੀ। ਹੁਣ ਮੈਂ ਸੀਡੀ ਨੂੰ ਕੀ ਜਵਾਬ ਦਊਂਗਾ? ਬਾਜੀ ਹੁਣ ਤੁਸੀਂ ਜਵਾਬ ਹੀ ਦੇ ਛੱਡੋ। ਪੱਕਾ? ਚੰਗਾ ਬੜਾ ਮਨ ਲੱਗ ਗਿਆ, ਜਵਾਬ ਦੇ ਦੋ, ਮਨ ਨਾਲ ਦਿਲ ਲੱਗ ਗਿਆ, ਬਸ ਪੱਕਾ ਦੇ ਦਾਂ ਜਵਾਬ। ਮੇਰਾ ਵੀ ਠੀਕ ਆ, ਫਿਰ ਮੈਂ ਫੌਜੀ ਨੂੰ ਜਾ ਕੇ ਕਹਿ ਦਿੰਦਾ ਕਿ ਅਸੀਂ ਯੂਕੇ ਤੋਂ ਕੋਈ ਨਹੀਂ ਆਏ, ਅਸੀਂ ਆਪਣੇ ਪੁਲਿਸ ਤੋਂ ਭੱਜੇ ਹੋਏ ਆ, ਮੁਲਜ਼ਮ ਜੇਲ੍ਹ ਦੇ ਵਿੱਚੋਂ ਸੀਡੀ ਦੇ ਬੰਦੇ ਆ ਤੇ ਤੁਹਾਨੂੰ ਕਿਡਨੈਪ ਕਰ ਲਈ ਆਏ। ਭਾਜੀ ਭਾਜੀ ਇਸ ਤਰ੍ਹਾਂ ਨਾ ਕਰਨਾ, ਇਸ ਤਰ੍ਹਾਂ ਨਾ ਕਰਨਾ। ਫੌਜੀ ਨੇ ਗੋਲੀ ਮਾਰ ਛੱਡਣੀ ਹੈ, ਮਨੀ ਦੇ ਸਾਹਮਣੇ ਅਸਾਂ ਦੀ ਚਾਰਾਂ ਦੀ ਇੱਜ਼ਤ ਨਹੀਂ ਰਹਿਣੀ, ਇਸ ਤਰ੍ਹਾਂ ਨਾ ਕਰਨਾ ਪਲੀਜ਼। ਭਾਜੀ ਸੁਨਹਿਰੀ ਨੂੰ ਮੈਂ ਕੀ ਬੂਥਾ ਦਿਖਾਣੀ ਹੈਗੀ ਫਿਰ? ਹੁਣ ਆਇਆ ਨਾ ਲੈਣ ਤੇ? ਹਾਂ ਇੱਧਰ ਆਓ ਨਾ, ਰਾਮ ਨਾਲ ਫਰਮਾਨ ਨਾ ਬੈਗ ਗੱਲ ਕਰੋ ਨਾ। ਤੁਸੀਂ ਤਾਂ ਇਹ ਵੀ ਭੁੱਲ ਗਏ ਕਿ ਅਸੀਂ ਇੱਥੇ ਕੀ ਕੰਮ ਆਇਆ। ਆਪਾਂ ਕਿਹੜੀ ਕਮਾਏ ਸੀ ਮੂਰਖ? ਆਪਾਂ ਨਾ ਇੱਥੇ ਲੜਕੀ ਦੇ ਰਿਸ਼ਤੇ ਲਈ ਆਏ ਸੀ, ਮਨੀ ਨਾਲ ਗੱਲਬਾਤ ਪੱਕੀ ਹੋ ਗਈ, ਡੋਂਟ ਵਰੀ। ਅਸੀਂ ਮਨੀ ਦੇ ਰਿਸ਼ਤੇ ਲਈ ਆਏ ਆ, ਅਸੀਂ ਫੌਜੀ ਨੂੰ ਕਿਡਨੈਪ ਕਰਨ ਆਏ ਸੀ, ਤੇ ਜਦ ਤੱਕ ਉਹ ਚਮੱਖਾ ਨੌਕਰ ਇਸ ਘਰ ਦੇ ਵਿੱਚ ਆ, ਅਸੀਂ ਫੌਜੀ ਨੂੰ ਕਿਡਨੈਪ ਨਹੀਂ ਕਰ ਸਕਦੇ। ਫਿਰ ਸੁਨੱਖੇ ਦਾ ਕੀ ਕਰੀਏ? ਕਰਨਾ ਕੀ ਆ, ਜੇ ਚਾਹੁੰਦੇ ਹੋ ਫੌਜੀ ਨੂੰ ਕਿਡਨੈਪ ਕਰਨਾ ਤਾਂ ਸਭ ਤੋਂ ਪਹਿਲਾਂ ਸੁਨੱਖੇ ਨੂੰ ਆਪਣੇ ਵੱਲ ਕਰਨਾ ਪਊਗਾ। ਕਿਦਾਂ? ਮੈਨੂੰ ਸੁਨੱਖੇ ਬਾਰੇ ਇੱਕ ਗੱਲ ਦੀ ਪਤਾ ਲੱਗੀ ਹੈਗੀ, ਉਹਨੂੰ ਗਾਉਣ ਦੀ ਬੜੀ ਸ਼ੌਕ ਆ। ਬਸ ਫਿਰ ਤਾਂ ਹੋ ਗਈ ਸਾਰੀ ਗੱਲ ਕਲੀਅਰ। ਮੈਨੂੰ ਲੱਗਦਾ ਚਮੱਖਾ ਆ ਗਿਆ, ਆਪਾਂ ਝੂਠੀਆਂ ਮੂਠੀਆਂ ਉਹਦੀਆਂ ਤਰੀਫਾਂ ਦੇ ਪੁਲ ਵਰਨੇ ਸ਼ੁਰੂ ਕਰ ਦਿੰਦੇ ਆ। ਦੋਸਤਾਂ ਤੋਂ ਸ਼ੁਰੂ ਕਰਦੇ, ਤੁਸੀਂ ਬੜੇ ਹੋ, ਤਾਰੀਫ ਕਰੋ ਯਾਰ। ਸ਼ੈਂਟੀ ਜੀ, ਬਾਹਰ ਕੱਲ ਮੈਂ ਚਮੱਖੇ ਨੂੰ ਗਾਉਂਦੇ ਨੂੰ ਸੁਣਿਆ। ਆਹਾ ਸਰਸਵਤੀ ਮਾਂ ਦੀ ਇੰਨੀ ਕਿਰਪਾ, ਪਰਮਾਤਮਾ ਨੇ ਉਹਨੂੰ ਇੰਨਾ ਟੈਲੈਂਟ ਦਿੱਤਾ, ਬਿਊਟੀਫੁਲ ਵੌਇਸ ਯਾਰ। ਯਾਰ ਇੰਨੀ ਅੱਛੀ ਸਿੰਗਰ ਹੈਗੇ ਵਿਚਾਰਾ, ਫੌਜੀ ਦੇ ਘਰ ਪਾਂਡੇ ਮਾਂਜਦੀ ਹੈ। ਵੀਰ ਜੀ ਸੁਨੱਖਾ ਜਿੰਨਾ ਸੋਹਣਾ ਗਾਉਂਦਾ ਹੈ ਨਾ, ਮੈਂ ਤੇ ਕਹਿੰਦਾ ਹੁਣ ਯੂਕੇ ਆਪਣੇ ਨਾਲ ਹੀ ਲੈ ਚੱਲਦੇ ਆ, ਉੱਥੇ ਲਿਜਾ ਕੇ ਰਿਕਾਰਡ ਕਰਾਂਗੇ ਉਹਦੀ ਕੈਸਟ, ਚਾਰ ਆਨੇ ਦਾ ਬਿਜ਼ਨਸ ਆਪਾਂ ਕਰਾਂਗੇ, ਲੱਖਪਤੀ ਹੋ ਜਾਏਗਾ ਜੀ। ਹਾਂਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ, ਪਰ ਇਸ ਤੇ ਕੁਝ ਵੀ ਨਹੀਂ ਕਿਹਾ। ਇਹ ਸਾਰਾ ਕੁਝ ਸੁਣ ਲੈ। ਨਹੀਂ ਤੁਸੀਂ ਮੈਨੂੰ ਪਤਾ ਮੇਰੇ ਬਾਰੇ ਕਿੰਨਾ ਸਹੀ ਸੋਚਦੇ ਹੋ, ਇਹ ਤਾਂ ਮਈਓ ਉੱਲੂ ਦਾ ਪੱਟਾ ਸੀ ਜਿਹਨੇ ਸਾਰੀ ਜ਼ਿੰਦਗੀ ਫੌਜੀ ਪਿੱਛੇ ਰੋਲਤੀ ਆ, ਤੇ ਮੈਨੂੰ ਤੁਸੀਂ ਦੱਸੋ ਮੈਂ ਸਿੰਗਰ ਬਣਨ ਲਈ ਕੁਝ ਵੀ ਕਰ ਸਕਦਾ? ਤੂੰ ਕੁਝ ਵੀ ਕਰ ਸਕਦਾ? ਹਾਂਜੀ ਫਿਰ ਤਾਂ ਗੱਲ ਹੋ ਗਈ ਕਲੀਅਰ। ਇੱਕ ਉਂਗਲੀ ਅਨੇਕ ਉਂਗਲੀ, ਬਣ ਗਿਆ ਮੁੱਠੀ, ਬਣ ਗਿਆ ਚੁੱਪ ਚੁੱਪ ਹੋਲੀ ਹੋਲੀ ਮਾਰਨਾ ਹੋਲੀ ਚਮਕਿਆ ਆ ਲੈ ਰੁਮਾਲ, ਇਹਦੇ ਤੇ ਬੇਹੋਸ਼ੀ ਦੀ ਦਵਾ ਛਿੜਕੀ ਹੋਈ ਆ, ਸਮਝ ਲਾ ਮਿੰਟਾਂ ਸਕਿੰਟਾਂ ਦੇ ਵਿੱਚ ਸੌਂਕੇ ਫੌਜੀ ਬੇਹੋਸ਼, ਸਮਝ ਗਿਆ ਨਾ ਹੁਣ? ਸੌਂਕੇ ਦੇ ਲਵਾਂ ਫਿੱਟੇ ਬੂ ਤੇਰੇ, ਤੂੰ ਸੌਂਕੇ ਆ ਬੇਹੋਸ਼ ਹੋਣਾ, ਜੇ ਤੂੰ ਬੇਹੋਸ਼ ਹੋ ਗਿਆ ਉਹਨੂੰ ਬੇਹੋਸ਼ ਕੌਣ ਕਰੂ? ਉੜ ਜਾ ਇੱਕ ਮਿੰਟ। ਹੋ ਗਿਆ ਕੰਮ ਤੇ ਹੋ ਗਿਆ, ਪਰ ਅਜੇ ਟਾਈਮ ਲੱਗੂ। ਉਹ ਨਹੀਂ ਭਰਾਵਾ, ਇਹ ਕਲੋਰੋਫੋਮ ਹੈਗੀ, ਬੰਦੇ ਨੂੰ ਮਿੰਟਾਂ ਸਕਿੰਟਾਂ 'ਚ ਬੇਹੋਸ਼ ਕਰ ਦਿੰਦੀ। ਉਹ ਜੇ ਪੈਰਾਂ ਤੇ ਰੱਖੇ ਤਾਂ ਵੀ ਮੰਦਰਾ ਜਿਹਾ ਪੈਰ ਬੇਹੋਸ਼ ਕਰਨੇ ਆ? ਓਏ ਮੂਰਖਾ, ਕੱਲੇ ਪੈਰ ਬੇਹੋਸ਼ ਨਹੀਂ ਕਰਨੇ, ਪੂਰਾ ਸਰੀਰ ਬੇਹੋਸ਼ ਕਰਨਾ। ਚੱਲ ਪੈਰਾਂ ਤੋਂ ਚੱਕ ਕੇ ਮੂੰਹ ਤੇ ਰੱਖ ਗਿਆ। ਇੱਕ ਮਿੰਟ ਚੱਲ ਬਚਾ ਕੇ ਮੂੰਹ ਤੇ ਚੁੱਪ। ਬਸ ਘਰ ਕਾਨੀ Hmm.
गया काम मन ते हो गया ना मुंह ते रुमाल पिया पर फौजी अजे भी साह लैंदा ही फौजी मारना थोड़ा कल्ला बेहोश करना मेनू लगता फादर इन लॉ बेहोश हो गए ने कराड़ियां दी आवाज बंद हो गई हुण चक लैंदे आ चक लो रब दा ना लेके फौजी रम बढ़ गई रोड के लाके जाओ जे गड्डी इथे स्टार्ट कीती ते मनी बीबी ने जाग जाना ठीक है मैं चलदा ठीक है गल भरावा ओदी जे मनी जाग पई तो सपना टूट जाना जे सपना टूट गया तो असा टूट जाना यार तेनू अपनी मनी दी पई है सानू अपनी मनी दी पई है यार बंद कर इनू चलो धक्का लाओ इनू यार जल्दी करो चलो फादर ला दा सा ना गुड जावे के अंदर जोर लगा के चलो जल्दी जल्दी धक्का होली लगा ना चलो चलो ओए सानू टायर नीचे दे छड़ना तू ठीक है चलो मोड़ कट मोड़ चलो वो था गे यार वो था गे धीरे ब्रावा इन्ना धक्का ते कदे लूना नू नहीं लगाया सने बहुत दूर आ गए यार मिनट रुको 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 ओ यार शंटू आपा मूर्ख नहीं हैगे क्यों वीर जी 2 मील तो धक्का लाउंदे आ रहे हैं अपने दिमाग च नहीं आया भी आपा गड्डी स्टार्ट करनी है ओ भोली गए सी वीर जी चल फिर गड्डी चला के मजाका करदे पए हो वीर जी असी ते सीधी सीधी लूना मसा चाहिदी है छोटा भाई राजू धक्का लगांदा मैं ते झूठे लेना बस तुसी चलाओ रामू जी मैं ता कदी बल्द गड्डी नहीं चलाई हैगी यार कदी ए गड्डी किथे चलानी हैगी मैं गड्डी ता हुण की कर सिंह तुहानू चलाउणी पैगी यार ओए मैं सीधा साधा अमली बंदा मैं साले ओ घरे पजारो रखी हुई है मेनू किथे चलाउणी आउंदी है वीर जी किसे नू भी नहीं आंदी नहीं यार के गल करदे हो ओ एक मिनट यार सोचण दियो सोचो की कर पाजी तुहाडी दिमाग मुंह च लगी हैगी सॉरी यार चल आईडिया किडनैपिंग कैंसल चलो वापस घरे धक्का ला के ए ठीक कीता मनी सामने असां दी इज्जत बच जाएगी चलो चलो फिर से बैग गिर पै गए हुन तो लौट के बुद्धू घर को आ गए दार जी दा साना घुट गया होवे अंदर किते गौर नु प्यारे ना हो गए हुन खोलो खोलो जल्दी चलो शंटू चक तेरी मनी ना जाग पे जल्दी कर यार मार कर मनी जाग ना पाई होवे वीर जी सुनखे नु बुला लो यार फौजी ने तो ले जो अंदर फोन चुप ओए तेरे सुनना नहीं ओए फोन चुप ओ कादा यार जदन दिया गीटी जी दतियां ना आप चुप कर दिया ना सानू सौण दंदी आ हेलो हेलो की बनया मेरे काम दा ओ बिड़ी पाजी बहुत इंतजार करवा रहे रात बीत गई अपनी बस फैक्ट्री च तोड़ा इंतजार कर दिया ना तुसी आए ते ना ही तोड़ा कोई फोन की दसिए असी फौजी नु चुकन विच दूसरी बारी भी नाकाम हो गए हां पाला बिल्कुल सही कहंदा सी कि ये बंदे साडे किसे काम दे नहीं पाजी प्लीज सानू एक मौका होर दियो असी ना बब तुहानू काम सारा सिरे लाके दिखावांगे बस 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 लगदा मैनू ही कुछ करना पैणा वीर जी किदा फोन से तेरे फुफड़ दा की कहंदे सी दिल्ली वाले फुफा जी ओए दिल्ली वाले फुफड़ नहीं सीडी इटा पटदा फोन सी की कहंदी सी सीडी इटा पुट कहंदा सी जे तुसी फौजी नु मेरे कोल चाके लियाए ता सब जो तुहाडी गरीबी धोती जाऊ जे फौजी ना झुकी गया ता फिर पुत गरीब धोते जानगे मनी जी असा बारे सोच दे पायो नहीं मैं पीपी बारे सोच रही सी की गल कर दे हो मार छड़ोगे असानू छड़ के किसे चाराने दे पीपी बारे सोच रहे हो मैं उस विच नहीं सोच रही शंटी जी किस विच सोच रहे हो शंटी जी पीपी ने बड़ी उम्मीदा नाल बड़े चा नाल एक कैसेट रिकॉर्ड कीती
ਇੱਕ ਚੋਰ ਨੇ ਉਹਦਾ ਸਭ ਕੁਝ ਬਰਬਾਦ ਕਰ ਦਿੱਤਾ। ਕੀ ਕਹਾਣੀ ਪਾ ਰਹੇ ਹੋ? ਕਿਹੜਾ ਚੋਰ, ਕਿਹੜਾ ਪੀਪੀ, ਕਿਹੜੀ ਕੈਸਟ, ਸਮਝਾਓ ਨਾ ਮੈਨੂੰ। ਉਹ ਪੀਪੀ ਹੈ ਨਾ, ਉਸ ਪੀਪੀ ਨੇ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਵੇਚ ਕੇ ਕੈਸਟ ਰਿਕਾਰਡ ਕਰਵਾਈ ਸੀ, ਜਿਹਨੂੰ ਮੇਰੇ ਡੈਡੀ ਨੇ ਰਿਲੀਜ਼ ਕਰਨਾ ਸੀਗਾ। ਲੇਕਿਨ ਇੱਕ ਚੋਰ ਨੇ ਉਹਦੀ ਕੰਪਿਊਟਰ ਡਰਾਈਵ ਚੋਰੀ ਕਰ ਲਈ। ਉਸ ਡਰਾਈਵ ਵਿੱਚ ਹੋਰ ਕਲਾਕਾਰਾਂ ਦੇ ਨਾਲ ਨਾਲ ਪੀਪੀ ਦੇ ਵੀ ਗਾਣੇ ਸਨ। ਉਸ ਦਿਨ ਤੋਂ ਵਿਚਾਰਾ ਪਾਗਲ ਹੋ ਗਿਆ। ਉਹ ਜਲਦੀ ਚਲੋ, ਅਸੀਂ ਰੀਲੀਜ਼ ਦਾ ਹੋਣਾ। ਧੀਰੇ ਬਰਾਵੋ, ਦਾਜ ਨਾ ਕਾਲੋ। ਚਲੋ 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 ਚਲੋ। ਸੈਂਟੀ, ਤੁਸੀਂ ਮੇਰੇ ਡੈਡੀ ਨੂੰ ਕਿੱਥੇ ਲੈ ਕੇ ਜਾ ਰਹੇ ਹੋ? ਤੁਸੀਂ ਕੀ ਕੀਤਾ ਉਹਨਾਂ ਨਾਲ? ਮਨੀ, ਮੇਰੀ ਗੱਲ ਤੇ ਸੁਣਨਾ। ਮੈਂ ਕੁਝ ਨਹੀਂ ਸੁਣਨਾ। ਤੁਸੀਂ ਮੇਰੇ ਨਾਲ ਧੋਖਾ ਕੀਤਾ, ਮੈਂ ਕੀ ਸਮਝਾਂ ਤੇ ਤੂੰ ਕੀ ਨਿਕਲਿਆ? ਮੈਂ ਵਿਸ਼ਵਾਸਘਾਤ ਨਹੀਂ ਕਰ ਸਕਦਾ। ਮਨੀ, ਮੇਰੀ ਗੱਲ ਤੇ ਸੁਣ ਲੈ ਤੂੰ, ਪਲੀਜ਼। ਮੈਂ ਕੁਝ ਨਹੀਂ ਸੁਣਨਾ ਚਾਹੁੰਦੀ ਸੈਂਟੀ, ਦਫਾ ਹੋ ਜਾ ਮੇਰੇ ਘਰ ਤੋਂ, ਨਿਕਲ ਜਾ ਪਲੀਜ਼। ਭਾਈ ਸਾਹਿਬ, ਗਨ ਚੱਲ ਜਾਂਦੀ ਹੈ, ਪਲੀਜ਼। ਮਨੀ ਪਲੀਜ਼, ਮਨੀ ਨਹੀਂ ਨਹੀਂ ਨਹੀਂ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ ਕੇਕਰ ਸਿੰਘ, ਇਹ ਨਹੀਂ ਹੋ ਸਕਦਾ। ਕੀ ਹੋ ਗਿਆ ਸ਼ੰਟੂ? ਕੇਕਰ ਸਿੰਘ, ਆਸਾਂ ਨੂੰ ਗੋਲੀ ਮਾਰ ਛੱਡੀ ਹੈ। ਓਏ, ਕਿਹੜੀ ਗੋਲੀ ਆ ਉਹ ਜਿਹਦੇ ਨਾਲ ਖੂਨ ਨਹੀਂ ਨਿਕਲਦਾ? ਪੈਪਲਾਮੈਂਟ ਦੀ ਹੋਣੀ ਆ। ਮਜ਼ਾਕ ਦੀ ਗੱਲ ਨਹੀਂ ਕੇਕਰ ਸਿੰਘ, ਮਨੀ ਨੇ ਆਸਾਂ ਨੂੰ ਸੁਪਨੇ ਦੇ ਵਿੱਚ ਗੋਲੀ ਮਾਰ ਛੱਡੀ। ਉਸਨੂੰ ਸਭ ਕੁਝ ਪਤਾ ਲੱਗ ਗਿਆ ਕਿ ਅਸੀਂ ਕੌਣ ਆ, ਕੀ ਕੰਮ ਆਏ ਆ ਤੇ ਸੀੜੀ ਟੱਪਟ ਦੇ ਨਾਲ ਰਲੇ ਹੋਏ ਆ। ਇਹਦੇ ਚ ਕਿਹੜੀ ਗੱਲ ਆ? ਉਹ ਤਾਂ ਪਤਾ ਹੀ ਆ ਆਪਾਂ ਨੂੰ ਵੀ ਅਸੀਂ ਫੌਜੀ ਨੂੰ ਚੱਕਣ ਆਇਆ। ਤੇਰੀ ਮਨੀ ਕੋਲੋਂ ਕੋਈ ਕਰੈਕਟਰ ਸਰਟੀਫਿਕੇਟ ਲੈਣ ਨਹੀਂ ਆਏ? ਵੀਰ ਜੀ, ਸਰਟੀਫਿਕੇਟ ਦੀ ਗੱਲ ਨਹੀਂ, ਮੈਂ ਤੇ ਕਹਿੰਦਾ ਕਿਉਂ ਆਪਾਂ ਭੋਲੇ ਵਾਲੇ ਲੋਕਾਂ ਨੂੰ ਧੋਖਾ ਦੇ ਰਹੇ ਆ, ਕਿਉਂ ਧੋਖੇ ਵਿੱਚ ਰੱਖਦੇ ਆ? ਸਿੱਧੇ ਸਾਦੇ ਰਸਤੇ ਚੱਲੀਏ ਤੇ ਫੌਜੀ ਸਾਹਿਬ ਤੋਂ ਮਾਫੀ ਮੰਗ ਲਈਏ? ਜਾ ਕੰਮ ਕਰ ਆਪਣਾ। ਸ਼ੈਂਟੀ ਠੀਕ ਕਹਿੰਦੀ ਹੈਗੀ ਯਾਰ, ਕੀਕਰ ਸਿੰਘ ਕੀ ਰੱਖਿਆ ਮਾਰੇ ਕੰਮਾਂ ਵਿੱਚ ਯਾਰ? ਓਏ, ਕਿੱਥੇ ਗਈ ਹੋ ਤੇਰੀ ਏਕ ਉਂਗਲੀ ਨੇਕ ਉਂਗਲੀ? ਸਾਲੇ ਜਨਾਨੀਆਂ ਮਗਰ ਲੱਗ ਕੇ ਹੁਣ ਤੁਸੀਂ ਕਿੱਕਰ ਸਿਓ ਨਾ ਸਾਥ ਛੱਡ ਰਹੇ ਹੋ? ਵੀਰ ਜੀ, ਸਾਥ ਛੱਡਣ ਦੀ ਗੱਲ ਨਹੀਂ, ਮੈਂ ਤੇ ਸਿੱਧੇ ਸਾਦੇ ਰਸਤੇ ਤੇ ਚੱਲਣ ਦੀ ਗੱਲ ਕਰ ਰਿਹਾ। ਉਹ ਵੀ ਇੱਕ ਸਾਥ ਚੱਲਦੇ ਆ, ਉਹਨਾਂ ਕੋਲੋਂ ਜਾ ਕੇ ਬੁੱਲ ਬਖਸ਼ਾ ਲੈਣੇ ਆ ਜਾ ਕੇ। ਕਿੱਥੇ ਵਾਹ ਪੈ ਗਿਆ ਸਾਲੀ ਮੋਕ ਮਾਰ ਜਾਤ ਦੇ ਨਾਲ? ਤੁਸੀਂ ਮੇਰਾ ਸਾਥ ਦੇਣਾ ਦੋ, ਨਹੀਂ ਦੇਣਾ ਨਾ ਦੋ। ਮੈਂ ਸਿੜੀ ਨੂੰ ਜ਼ਬਾਨ ਦਿੱਤੀ ਆ, ਮੈਂ ਵੇਖਦਾ ਉਹਦਾ ਕੰਮ ਕਰਨ ਤੋਂ ਮੈਨੂੰ ਕੌਣ ਰੋਕਦਾ। ਕਿੱਕਰ ਸਿੰਘ, ਕਿਉਂ ਜਾਂਦੀ ਹੈਗੀ ਯਾਰ? ਇਸ ਵਿੱਚ ਘਬਰਾਉਣ ਦੀ ਕੀ ਜ਼ਰੂਰਤ ਹੈ? ਮਾਰਨਿੰਗ ਵਾਕ ਤੇ ਗਏ ਹੋਣੇ ਨਾ? ਉਹ ਬਿਨਾਂ ਦੱਸੇ ਕਦੇ ਕਿਤੇ ਨਹੀਂ ਜਾਂਦੇ ਸ਼ੈਂਟੀ, ਉਹਨਾਂ ਦੇ ਕਮਰੇ ਦਾ ਸਾਰਾ ਸਮਾਨ ਖਿਲ ਰਿਹਾ ਪਿਆ। ਸੁਨਹਿਰੀ, ਜਾਂ ਤੂੰ ਗਾਰਡਨ ਵਿੱਚ ਦੇਖ ਕੇ ਫੌਜੀ ਸਾਹਿਬ ਨੂੰ, ਕਿਤੇ ਉਹ 6-7 ਪਾਣੀ ਨਾ ਦਿੰਦੇ ਹੋਣ, ਪਾਣੀ ਛਿੜਕ ਰਹੇ ਹੋਣਗੇ ਉੱਥੇ। ਸ਼ੈਰੀ ਅੰਕਲ ਕਿੱਥੇ ਨੇ? ਕਿਹੜੇ ਅੰਕਲ? ਕਿਰਪਾਲ ਸਿੰਘ ਜੀ। ਬਸ ਰਾਮੂ, ਅਸਾਂ ਨੇ ਹੋਰ ਝੂਠ ਨਹੀਂ ਬੋਲਣਾ। ਮਨੀ ਮਨੀ, ਅਸਾਂ ਨੇ ਤੇਰੇ ਨਾਲ ਗੱਲ ਕਰਨੀ ਹੈ। ਮਨੀ, ਅਸਾਂ ਨੂੰ ਮਾਫ਼ ਕਰ ਦੇ, ਧਿਆਨ ਨਾਲ ਸੁਣ ਲਈ, ਠੰਡੇ ਦਿਮਾਗ ਨਾਲ ਸੁਣ ਲਈ ਗੱਲ ਅਸਾਂ ਦੀ। ਮਨੀ, ਦਰਅਸਲ ਉਹ ਅੰਕਲ ਨਹੀਂ ਤੇ ਨਾ ਹੀ ਮੈਂ ਯੂਕੇ ਵਾਲਾ ਸ਼ੈਂਟੀ ਆ, ਤੇ ਮੈਂ ਵੀ ਸ਼ੈਰੀ ਨਹੀਂ ਹੈਗੀ, ਮੇਰੀ ਨਾਂ ਵੀ ਰਾਮੂ ਹੈਗੀ। ਉਹ ਅੰਕਲ ਅਸਾਂ ਦਾ ਤੀਸਰਾ ਸਾਥੀ ਕਿੱਕਰ ਸਿੰਘ ਹੈ। ਰਾਮੂ, ਕਿੱਕਰ ਸਿੰਘ, ਸ਼ੈਂਟੀ ਯੂਕੇ ਵਾਲਾ, ਮੈਨੂੰ ਕੋਈ ਸਮਝ ਨਹੀਂ ਆ ਰਿਹਾ। ਅਸੀਂ ਤਿੰਨੋਂ ਥਾਣੇ ਵਿੱਚ ਭਜੇ ਮੁਜਰਮ ਹੈਗੀ, ਪਰ ਸਾਡੀ ਕਸੂਰ ਕੋਈ ਨਹੀਂ ਹੈਗੀ। ਮਨੀ, ਦਰਅਸਲ ਅਸੀਂ ਤਿੰਨੋਂ ਜਾਣੇ ਨਾ ਇੱਕ ਹਵਾਲਾ ਦੀ ਕੋਠੜੀ ਦੇ ਵਿੱਚ ਬੰਦ ਸਾਂ। ਉਸੇ ਕੋਠੜੀ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਮੁਜਰਮ ਸੀਡੀ ਇੱਟਾਂ ਪੁੱਟ ਮੌਜੂਦ ਸੀ। ਸੀਡੀ ਚੰਦਨ ਦਾਸ, ਜੋ ਪਾਇਰੇਸੀ ਦਾ ਧੰਦਾ ਕਰਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ? ਉਸੇ ਨੇ ਤਾਂ ਡੈਡੀ ਦੀ ਡਰਾਈਵ ਚਲਾਈ ਸੀ। ਉਸੇ ਹਰਾਮਜ਼ਾਦੇ ਨੇ ਤਾਂ ਸਾਡੀ ਡਿਊਟੀ ਲਗਾਈ ਸੀ ਤੁਸਾਂ ਦੇ ਡੈਡੀ ਨੂੰ ਕਿਡਨੈਪ ਕਰਨ ਦੀ। ਅਸੀਂ ਬਹਿਰੂਪੀਏ ਬਣ ਕੇ ਆਏ ਸਾਂ ਇੱਥੇ। ਉਹ ਤੁਹਾਡਾ ਤੀਜਾ ਬਹਿਰੂਪੀਆ ਕਿੱਥੇ ਹੈ? ਤੀਜਾ ਬਹਿਰੂਪੀਆ ਕੇਕਰ ਸਿੰਘ, ਦਰਅਸਲ ਮਨੀ ਗੱਲ ਇਹ ਵੇ ਕਿ ਕੱਲ੍ਹ ਜਦ ਤੁਸਾਂ ਨੇ ਸਾਨੂੰ ਪੀਪੀ ਬਾਰੇ ਦੱਸਿਆ ਨਾ ਕਿ ਉਸ ਨਾਲ ਕੀ ਹੋਈਏ, ਕੀ ਬੀਤੀਏ, ਤੇ ਅਸਾਂ ਦਾ ਮਨ ਭਾਵਕ ਹੋ ਗਿਆ। ਸਾਰੀ ਰਾਤ ਮੈਂ ਬੇਚੈਨ ਰਿਹਾ ਮਨੀ, ਮੈਨੂੰ ਨੀਂਦ ਨਹੀਂ ਆਈ। ਰਾਮੂ ਜਾਣਦਾ ਏ, ਮੈਂ ਇਹਨਾਂ ਦੇ ਸਾਹਮਣੇ ਕਿਹਾ ਆਪਾਂ ਸਹੀ ਰਾਹ ਤੇ ਆ ਜਾਂਦੇ ਹਾਂ, ਫੌਜੀ ਸਾਹਿਬ ਤੋਂ ਮਾਫ਼ੀ ਮੰਗ ਲੈਂਦੇ ਹਾਂ। ਪਰ ਕਿੱਕਰ ਸਿੰਘ, ਤੇਰੇ ਡੈਡੀ ਨੂੰ ਕਿਡਨੈਪ ਕਰਕੇ ਲੈ ਗਈ ਹੈਗੀ। ਦੇਖ
देख मनी असानू एक बार पश्चाताप करना मौका दे। जे तू असानू रत्ती भर भी प्यार कर दिए ना ते असा दे यकीन कर मैं तुसां दे डैडी नू जरूर वापस लेके आवांगा। केकर सिंह तुसां दे डैडी नू किडनैप करके लै गया। केकर सिंह ने असां दी दोस्ती वेखी है, दुश्मनी नहीं वेखी। केकर सिंह असी आ रही है। ਅੱਜ ਸਾਲੇ ਤੈਨੂੰ ਕੁੱਟ ਕੁੱਟ ਕੇ ਤੇਰਾ ਦਾਤਾ ਨਾ ਕੀਤੀ ਤੇ ਸਾਡਾ ਨਾ ਵੀ ਰਾਮੂ ਨਹੀਂ ਆਏ। ਤੂੰ ਅੱਜ ਬੜਾ ਚੀੜੀ ਦਾ ਮੁੰਡ ਨਾਲ ਰਲਿਆ ਫਿਰਦੀ ਬਾਹਰ ਨਿਕਲੇ ਤੇ ਮਾਰੀ ਦੂਰ ਪਿਤਾਈ। ਓ ਚਮਕਿਆ ਹਾਂਜੀ ਕਿੱਥੇ ਮਰ ਗਿਆ ਸੀ? ਓ ਇੱਥੇ ਸੀ। ਐਡੀ ਵੱਡੀ ਕੋਠੀ ਬਣਾਉਣ ਦਾ ਕੀ ਫਾਇਦਾ ਜੇ ਪਤਾ ਨਹੀਂ ਕਰਨਾ ਕਿਹੜਾ ਬੰਦਾ ਕਿੱਥੇ ਸੁੱਤਾ ਪਿਆ। ਹਾਂਜੀ ਲਾਈਆ ਬੈਟੀ ਤੇਰੇ ਪਿਓ ਨੇ ਦੇਣੀ ਸੀ। ਹੁਣੇ ਲਿਆ ਦਿੰਦਾ ਜੀ। ਹੁਣੇ ਲਿਆ ਦਿੰਦਾ ਕੀ ਗੱਲ? ਅੱਜ ਕੋਈ ਘਰੇ ਨਹੀਂ ਦਿਸਦਾ, ਕਿਤੇ ਮਟਕਾ ਚੌਂਕ 'ਚ ਧਰਨਾ ਲਾਉਣ ਗਏ ਹੋ ਨਾ? ਡਰਦਾ ਕਿ ਮੈਂ ਨਾਲ ਇੱਕ ਵਾਰੀ ਗੋਲੀ ਮਾਰਦਾ ਜੀ। ਕੀ ਬਕਵਾਸ ਕਰੀ ਜਾਂਦਾ, ਕੀ ਹੋਇਆ ਤੈਨੂੰ? ਪਹਿਲਾਂ ਆਪ ਹੀ ਫੌਜੀ ਸਾਹਿਬ ਨੂੰ ਚੁੱਕੇ ਲੈ ਗਏ, ਫਿਰ ਪੁੱਛਦੇ ਕੀ ਹੋਇਆ। ਕੀ ਕਿਹਾ? ਫੌਜੀ ਸਾਹਿਬ ਨੂੰ ਚੁੱਕੇ ਲੈ ਗਏ? ਫੌਜਾ ਸਿੰਘ, ਮੈਨੂੰ ਹਾਰਡ ਡਰਾਈਵ ਦਾ ਪਾਸਵਰਡ ਚਾਹੀਦਾ। ਫੌਜਾ ਸਿੰਘ, ਮਰਨੀ ਮਰ ਜਾਊ ਪਰ ਤੈਨੂੰ ਕਦੇ ਪਾਸਵਰਡ ਨਹੀਂ ਦਊ। ਔਰ ਕਿਉਂਕਿ ਉਸ ਹਾਰਡ ਡਰਾਈਵ ਦੇ ਵਿੱਚ ਕਲਾਕਾਰਾਂ ਦੀ ਮਿਹਨਤ ਤੇ ਕਲਾਕਾਰਾਂ ਦੇ ਅਰਮਾਨ ਔਰ ਸੁਪਨੇ ਸਜਾਏ ਹੋਏ ਨੇ, ਮੈਂ ਉਹਨਾਂ ਸੁਪਨਿਆਂ ਦਾ ਕਦੇ ਕਤਲ ਨਹੀਂ ਹੋਣ ਦਊਂਗਾ। ਕੋਈ ਸ਼ੱਕ? ਕੀ ਹਾਲ ਆਈ ਹੈ? ਪਿੱਛੇ ਹਟ, ਬਦੀ ਬਦੀ ਸਮੈਲ ਆਉਂਦੀ ਪਈ ਹੈ। ਬ੍ਰਸ਼ ਕਰ ਲਿਆ ਕਰ, ਸਿਰ ਦੇ ਵਾਲ ਦੇਖ, ਸ਼ੈਂਪੂ ਕਰ ਲਿਆ ਕਰ, ਕਮੀਲੇ ਛਿੱਕਾ ਮਾਰਦਾ ਰਹਿਣਾ, ਜੁਕਾਮ ਦੀ ਦਵਾਈ ਲੈ ਲੈ। ਸਾਨੂੰ ਖੋਲ ਕੇ ਦਾ ਵੇਖ, ਤੇਰੇ ਸਾਰੇ ਐਂਟੀਨੇ ਨਾ ਪਾਣ ਦਿੱਤੇ ਤਾਂ। ਜੇ ਆਪਣੀ ਜਾਈ ਦਾ ਦੁੱਧ ਪੀਤਾ ਨਾ ਤਾਂ ਸਾਨੂੰ ਖੋਲ ਕੇ ਵੇਖ, ਅਸਾਂ ਦੇ ਫਾਦਰ ਇਨ ਲਾ ਨੂੰ ਬਣ ਰੱਖੇ ਨਾ। ਕਸਮ ਮਨੀ ਦੀ, ਜੇ ਤੂੰ ਖੋਲ ਦੇਵੇ ਨਾ ਤਾਂ ਮੈਂ ਖੂਨ ਦੀਆਂ ਨਦੀਆਂ ਵਹਾ ਦੇਵਾਂਗਾ। ਸ਼ੈਂਟੀ ਦੇ ਗੁੱਸੇ ਨੂੰ ਨਹੀਂ ਜਾਣਦਾ ਤੂੰ? ਓਏ ਮੂਰਖ ਕਮੀਨੇ, ਆਪਣੀ ਸ਼ਕਲ ਤੇ ਵੇਖ। ਓਏ ਆਪਣੀ ਵਰਕਸ਼ਾਪ ਦੇ ਵਿੱਚ ਤਾਂ ਹਰੇਕ ਮਿਸਤਰੀ ਇੰਜੀਨੀਅਰ ਹੁੰਦਾ ਹੈ। ਹੱਥ ਲਾ ਕੇ ਵੇਖ ਸਾਨੂੰ ਤੂੰ। ਬੱਚਿਆਂ ਨੀ ਕੁੱਟਣ ਜੋਗੇ, ਕਿਸੇ ਬਰਾਬਰ ਦੇ ਨਾ ਪੰਗਾ ਲੈ ਕੇ ਵੇਖ, ਫਿਰ ਪਤਾ ਲੱਗੇਗਾ ਤੈਨੂੰ ਕਮੀਨੇ। ਓਏ ਨੂੰ ਕਿ ਮਾਰਦਾ ਤੂੰ? ਮੇਰੇ ਨਾਲ ਪੰਗਾ ਲੈ ਕੇ ਦੇਖ। ਚੰਦਨ ਦਾਸ, ਉਹ ਦਿਨ ਗਏ ਕਿ ਸ਼ੀਸ਼ਾ ਤਿੜਕਿਆ ਤੇ ਗਿਆ, ਅਮਲੀ ਝੜਕਿਆ ਤੇ ਗਿਆ। ਆਜਾ ਕਿੱਕਰ ਸਿੰਘ, ਆਜਾ ਕਿੱਕਰ ਸਿੰਘ, ਤੂੰ ਵੀ ਆਪਣਾ ਸ਼ੌਕ ਪੂਰਾ ਕਰ ਲੈ, ਪਹਿਲਾਂ ਹੀ ਬਹੁਤ ਟੌਰਚਰ ਹੋ ਚੁੱਕਿਆ। ਤੂੰ ਵੀ ਮਾਰ, ਤੂੰ ਵੀ ਸਾਡੀ ਦੁਸ਼ਮਣ ਬਣਿਆ ਫਿਰਦੀ। ਉਹ ਕਿਹੜੀ ਜੰਮ ਦਾ ਬਦਲਾ ਲੈ ਲਿਆ ਕਿੱਕਰ ਸਿੰਘ ਸਾਡੇ ਕੋਲੋਂ? ਉਹ ਯਾਰ ਰਾਮੂ ਤੇ ਸ਼ੰਟੂ, ਓਏ ਤੁਸੀਂ ਕੀ ਸੋਚਿਆ ਕਿ ਕਿੱਕਰ ਤੁਹਾਡੇ ਨਾਲ ਗਦਾਰੀ ਕਰ ਗਿਆ? ਓਏ ਜੇ ਕਿੱਕਰ ਦੇ ਬਿੱਕ ਦੇ ਸੱਕ ਵੀ ਯਾਰਾਂ ਦੇ ਕੰਮ ਆ ਜਾਣ ਤਾਂ ਕਿੱਕਰ ਮੂੰਹ 'ਚੋਂ ਉਫ ਤੱਕ ਨਹੀਂ ਕਰੇਗਾ। ਪਰ ਮੈਨੂੰ ਦੁੱਖ ਤਾਂ ਇਸ ਗੱਲ ਦਾ ਕਿ ਤੁਸੀਂ ਮੇਰੇ ਤੇ ਛੱਕ ਦਿੱਤਾ, ਰਾਤੀ ਲੜ ਕੇ ਮੈਂ ਛੱਤ ਤੇ ਕੀ ਪੈ ਗਿਆ, ਤੁਸੀਂ ਸਮਝਿਆ ਮੈਂ ਫੌਜੀ ਨੂੰ ਚੱਕ ਕੇ ਲੈ ਗਿਆ? ਚੰਗਾ ਇੱਥੇ ਕਿਹੜਾ ਬਰਾਤ ਆਈ ਹੋਗੀ ਯਾਰ, ਖੋਲ ਲੜਾਈ ਵੀ ਕਰਨੀ ਹੈ। ਉਹ ਬਰਾਵਾ ਹੁਣ ਸਾਰੀ ਸਮਝ ਆ ਗਈ ਹੈ, ਕਿਉਂ ਸ਼ਰਮਿੰਦਾ ਕਰਦਾ ਆ ਸਾਨੂੰ? ਆਪਣੇ ਫਾਦਰ ਲਾ ਨੂੰ ਹਸਪੀਟਲ ਲੈ ਆਵਾਂ। ਡੈਡੀ ਜੀ, ਦਾਰ ਜੀ, ਫਾਦਰ ਲਾ ਸਭ ਹੋਸ਼ ਵਿੱਚ ਆਓ, ਹੋਸ਼ ਵਿੱਚ ਆਓ। ਮਨੀ ਦੇ ਪਾਪਾ, ਬੇਟਾ ਸ਼ੈਂਟੀ, ਸ਼ੈਰੀ, ਮੈਂ ਇਹਨਾਂ ਨੂੰ ਨਹੀਂ ਪਛਾਣਿਆ। ਪਛਾਣਿਆ ਤਾਂ ਤੂੰ ਇਹਨਾਂ ਨੂੰ ਵੀ ਨਹੀਂ, ਫੌਜਾ ਸਿੰਘ, ਪਛਾਣਦਾ ਵੀ ਕਿਵੇਂ?
ਇਹ ਨੇ ਕਿੱਕਰ ਸਿੰਘ ਔਰ ਗਿਰਪਾਲ ਸਿੰਘ ਕਿਲਿਆਂ ਵਾਲੇ। ਸ਼ੈਂਟੀ, ਰਾਮੂ, ਇਹ ਸਾਰੇ ਮੇਰੀ ਥਾਲੀ ਦੇ ਚੱਟੇ ਪੱਟੇ ਹੈ। ਮੇਰੇ ਇਸ਼ਾਰੇ ਤੇ ਇਹ ਤੈਨੂੰ ਤੇਰੇ ਘਰੋਂ ਚੁੱਕਣ ਗਏ ਸੀ। ਇਸ ਦਾ ਮਤਲਬ ਤੁਸੀਂ ਸਾਊਥ ਹਾਲ ਤੋਂ ਨਹੀਂ ਸਾਹਨੇਵਾਲ ਤੋਂ? ਸਾਹਨੇਵਾਲ ਤੋਂ ਮੇਰੇ ਬੰਦੇ। ਚੰਦਨ ਦਾਸ, ਤੇਰੇ ਬੰਦੇ ਅਸੀਂ ਕਿਸੇ ਵਕਤ ਸੀ, ਪਰ ਹੁਣ ਨਹੀਂ, ਕਿਉਂਕਿ ਜਿਸ ਦਿਨ ਦਾ ਅਸੀਂ ਫੌਜਾ ਸਿੰਘ ਦੇ ਘਰੋਂ ਨਮਕ ਖਾਧਾ, ਸਾਡੀ ਜ਼ਮੀਰ ਨੇ ਸਾਡੀ ਸੁੱਤੀ ਗੈਰਤ ਨੂੰ ਜਗਾਉਣਾ ਸ਼ੁਰੂ ਕਰਤਾ ਸੀ। ਹੁਣ ਅਸੀਂ ਤੇਰੇ ਬੰਦੇ ਨਹੀਂ ਹੈਗੀ, ਹੁਣ ਅਸੀਂ ਫੌਜਾ ਸਿੰਘ ਦੇ ਬੰਦੇ ਹੈਗੀ। ਡੈਡੀ ਜੀ, ਮਨੀ ਦੇ ਡੈਡੀ ਜੀ, ਮੇਰੇ ਪਾਪਾ ਜੀ, ਤੁਹਾਨੂੰ ਬਾਅਦ ਵਿੱਚ ਸਮਝਾ ਦਾਂਗੇ ਸਭ ਕੁਝ, ਹੁਣ ਮਾਫ ਕਰ ਦਿਓ। ਕਿੱਕਰ ਸਿੰਘ, ਪਕੜ ਲੈ ਇਸ ਨੂੰ, ਪਕੜ ਲੈ ਤੇਰੇ ਤੋਂ ਉੱਤੇ ਪੱਟਾ ਪੈਂਦਾ। ਆਓ ਆਓ ਭਾਜੀ, ਆ ਜਾ ਜਲਦੀ। ਸ਼ੀਰੀ ਭਾਜੀ, ਛੋੜੋ ਛੋੜੋ, ਫੈਸਲਾ ਹੋ ਜਾਂਦਾ ਹੈ, ਮੁਕਾਬਲਾ ਸ਼ੁਰੂ ਕਰ ਦਿਓ। ਬਹੁਤ ਅੱਛੇ, ਇਹਨੂੰ ਕਹਿੰਦੇ ਹਨ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ। ਜੇ ਮੈਂ ਤੁਹਾਡਾ ਕਦੂ ਕਰਕੇ ਚੋਣਾਂ ਨਾ ਲਾਈ ਤਾਂ ਮੇਰਾ ਨਾਮ ਵੀ ਰਾਮੂ ਨਹੀਂ ਹੈਗੀ। ਇੱਕ ਮਿੰਟ ਰੁਕੋ ਰੁਕੋ ਰੁਕੋ, ਕਦੀ ਚੋਣਾਂ ਲਗਾਈ ਤੁਸੀਂ? ਸਿੱਖ ਨਹੀਂ ਹੈਗੀ, ਫਿਰ ਕੋਦੀ ਹੋ? ਸੱਪ ਦਾ ਜ਼ਹਿਰ ਤੇ ਅਮਲੀ ਦਾ ਵੈਰ ਇੱਕ ਬਰਾਬਰ ਹੈ, ਇੱਕ ਬਰਾਬਰ ਹੈ, ਇੱਕ ਬਰਾਬਰ ਹੈ। ਅੰਨੇ ਦਾ ਜੱਫਾ ਤੇ ਅਮਲੀ ਦਾ ਤੱਫਾ ਇੱਕ ਬਰਾਬਰ ਹੈ, ਇੱਕ ਬਰਾਬਰ ਹੈ। ਇੱਕ ਮਿੰਟ ਰੁਕੋ 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 ਰੁਕੋ, ਕਦੀ ਢੋਲਕੀ ਵਜਾਈ ਹੈਗੀ? ਸਿੱਖ ਨਹੀਂ ਹੈਗੀ, ਕਿਦਾਂ ਵੱਜਦੀ ਹੈ? ਇਦਾਂ ਵੱਜਦੀ ਹੈਗੀ। ਕਿੱਧਰ ਗਿਆ ਉਹ? ਖੜ ਜਾ ਤਰ ਮੈਂ। ਕਿੱਕਰ ਸਿੰਘ, ਕਿੱਕਰ ਸਿੰਘ, ਉਹ ਮੈਂ ਕਿੱਕਰ ਨੂੰ ਬੁਲਾਉਂਦਾ ਪਿਆ, ਤੂੰ ਪਿੱਪਲ ਬਣ ਗਿਆ। ਉਹ ਪਾਲਿਆ, ਤੈਨੂੰ ਕਿੱਦਾਂ ਪਾਲਿਆ, ਹੱਥ ਤੋੜ ਛੱਡਿਆ ਸਾਲਿਆ। ਸਾਨੂੰ ਤੇ ਮੈਂ ਲੈਣ ਆਇਆ ਸਾਂ, ਚਲੋ ਮੇਰੇ ਨਾਲ। ਚਲੋ ਖੋਲ ਕੇ ਲੈ ਚੱਲਦਾ ਮੈਂ, ਭਾਰੀ ਬਹੁਤ। ਚਲੋ ਚਲੋ ਮੇਰੇ ਨਾਲ ਬਸ, ਚਲੋ ਚਲੋ। ਇਟਾਪੁਰ ਦੇ ਚਮਚੋ, ਇਟਾਪੁਰ ਦੇ ਪੌਂਦੇ ਬੜੀ ਬਦਮਾਸ਼ ਬਣੀ ਫਿਰਦੀ ਸੀ। ਚਲੋ ਉਠੋ। ਮਨੀ ਕਿੱਕਰ ਕਿੱਥੇ ਰਹਿ ਗਈ ਯਾਰ? ਮੈਂ ਠੀਕ ਹਾਂ ਬੇਟਾ। ਪਰੇਟਰਾ, ਪਹਿਲਾਂ ਮੈਂ ਤੇਰੇ ਆਂਟੀ ਨਹੀਂ ਭੰਨਾ। ਕੱਢ ਫੌਜੀ ਦੀ ਹਾਰਡ ਡਿਸਕ ਕਿੱਥੇ ਆ, ਜਲਦੀ ਕੱਢ ਕੱਢ ਕੱਢ, ਪਹਿਲਾਂ ਕੱਢ। ਚੱਲ ਚੱਲ, ਓਕੇ ਕਰ ਸਿੰਘ, ਲੈ ਇਸ ਲੈ ਗਿਆ ਖੜਿਆ ਤੇਰੇ ਪਤੰਦਰ ਤੈਨੂੰ ਲੈਣ ਆਏ ਨੇ। ਆ ਸਾਂਭੋ ਆਪਣਾ ਮੁਲਜ਼ਮ, ਇਹ ਆ ਫੜੋ। ਫੌਜਾ ਸਿੰਘ ਜੀ, ਇਹ ਆ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ, ਤੁਹਾਡੀ ਅਮਾਨਤ, ਹਾਰਡ ਡਿਸਕ। ਸ਼ਾਬਾਸ਼ ਮੇਰੇ ਸ਼ੇਰ ਬੱਗਿਓ, ਸ਼ਾਬਾਸ਼, ਮਨ ਖੁਸ਼ ਹੋਇਆ। ਹੁਣ ਤੂੰ ਇਹਦੇ ਵੱਲ ਕਿੱਦਾਂ ਕੂਰ ਕੂਰ ਕੇ ਦੇਖਦੀ ਹੈਗੀ ਸੀਡੀ? ਹੁਣ ਤਾਂ ਤੇਰੀਆਂ ਸਾਰੀਆਂ ਇੱਟਾਂ ਪਾਣੀ ਕੇ ਸੀ ਰੋਰੀ ਬਣਾ ਦਿੱਤੀ ਹੈਗੀ ਤੇਰੀ। ਤੁਸੀਂ ਕੀ ਸਮਝਦੇ ਹੋ? ਇੱਕ ਸੀਡੀ ਇੱਟਾ ਪੱਟ ਨੂੰ ਗ੍ਰਿਫਤਾਰ ਕਰਕੇ ਤੁਸੀਂ ਪਰੇਸੀ ਖਤਮ ਕਰ ਲਈ? ਨਹੀਂ ਓਏ, ਜੇ ਤੇਰੀ ਕੁੱਤੇ ਖਾਨੀ ਤੇ ਦੁਰਦਸ਼ਾ ਵੇਖ ਕੇ ਜੇ ਇੰਡੀਆ ਦਾ ਇੱਕ ਵੀ ਪਾਇਰੇਟਰ ਸੁਧਰ ਜਾਵੇ ਨਾ, ਤੇ ਅਸੀਂ ਸਮਝਾਂਗੇ ਸਾਡਾ ਮਿਸ਼ਨ ਕਾਮਯਾਬ ਹੋ ਗਿਆ ਹੈ। ਲੈ ਜਾਓ ਇਹਨੂੰ। ਇੱਕ ਮਿੰਟ ਥਾਣੇਦਾਰ ਸਾਹਿਬ, ਸਾਨੂੰ ਵੀ ਨਾਲ ਲੈ ਕੇ ਚੱਲੋ, ਕਿਉਂਕਿ ਕੁਝ ਸਜ਼ਾ ਦੇ ਹੱਕਦਾਰ ਤੇ ਅਸੀਂ ਵੀ ਹਾਂ। ਸਾਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਨਹੀਂ ਥਾਣੇਦਾਰ ਸਾਹਿਬ, ਇਹਨਾਂ ਨੂੰ ਮੁਜਰਮ ਨਹੀਂ ਕਿਹਾ ਜਾ ਸਕਦਾ, ਅਲਬਤਾ ਇਹਨਾਂ ਨੂੰ ਲਾਈ ਲੱਗ ਜ਼ਰੂਰ ਕਿਹਾ ਜਾ ਸਕਦਾ। ਮੈਂ ਅੱਖਾਂ ਬੰਦ ਕਰਕੇ ਇਹਨਾਂ ਦੀ ਜ਼ਮਾਨਤ ਦੇਣ ਲਈ ਤਿਆਰ ਹਾਂ। ਕਾਨੂੰਨ ਦੀਆਂ ਨਜ਼ਰਾਂ 'ਚ ਚਾਹੇ ਕੁਝ ਵੀ ਸਜ਼ਾ ਦੇ ਹੱਕਦਾਰ ਹੋਣ, ਪਰ ਮੇਰੀਆਂ ਨਜ਼ਰਾਂ ਵਿੱਚ ਇਹ ਉਮਰ ਕੈਦ ਦੇ ਹੱਕਦਾਰ ਨੇ। ਮਾਨੀ ਬੇਟੇ, ਸ਼ੈਂਟੀ ਬੇਟੇ, ਸੁਨਹਿਰੀ ਬੇਟੇ,
ਮਿਸਟਰ ਸ਼ੈਰੀ ਸ਼ੈਰੀ ਨਹੀਂ ਜੀ ਰਾਮੂ ਹੈਗੀ ਮੇਰੀ ਨਾ ਚਾਹੇ ਕੁਝ ਵੀ ਹੈ ਇਸ ਨੂੰ ਮੇਰੀ ਸਰਵੈਂਟ ਨਾ ਸਮਝਣਾ ਇਹ ਤੇ ਮੇਰੀ ਬੇਟੀ ਸਮਾਨ ਹੈ ਜੱਟ ਜੱਟਾਂ ਦੇ ਤੇ ਭੋਲੂ ਨਰੈਣ ਦਾ ਚੰਗਾ ਵੀ ਮਿੱਤਰੋ ਜਿਉਂਦੇ ਵਸਦੇ ਰਹੋ ਕਿਕਰ ਸਿੰਘ ਫੌਜਾ ਸਿੰਘ ਜੀ ਸ਼ੀਸ਼ਾ ਤੜਕਿਆ ਤੇ ਗਿਆ ਆਮਲੀ ਝੜਕਿਆ ਤੇ ਗਿਆ ਨਹੀਂ ਕਿਕਰ ਸਿੰਘ ਤੂੰ ਝਿੜਕ ਦਾ ਹੱਕਦਾਰ ਨਹੀਂ ਤੂੰ ਤਾਂ ਪਿਆਰ ਸਤਿਕਾਰ ਮੁਹੱਬਤ ਦਾ ਪਾਤਰ ਹੈ ਆ ਅਲੱਗ ਛਾਤੀ ਨਾਲ ਅੱਜ ਤੋਂ ਬਾਅਦ ਤੂੰ ਇਸ ਘਰ ਦਾ ਮੈਂਬਰ ਹੀ ਨਹੀਂ ਬਲਕਿ ਐਫ ਸੀਰੀਜ਼ ਕੰਪਨੀ ਦਾ ਬਰਾਬਰ ਦਾ ਹੱਕਦਾਰ ਹੈ ਕੋਈ ਸ਼ੱਕ ਮੈਨੂੰ ਸ਼ੱਕ ਹੈਗੀ ਮਾਰਿਆ ਨਾ